ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਅਨੀਰਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਮਨਜੀਤ ਸਿੰਘ ਯੂਰਜ਼ਾ ਨੇ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ, ਆਉਣਾ ਮਿਲ ਕੇ ਅੱਜ ਦੀਆਂ ਅਹਿਮ ਵਿਚਾਰ ਚਰਚਾਵਾਂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ, ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਅੱਜ 22 ਅਕਤੂਬਰ 2018 8 ਕੱਤਕ ਨਾਨਕ ਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਹਾਂ, ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਰ ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਜੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਯੂਟਿਊਬ ਤੇ ਸਬਸਕ੍ਰਾਈਬ ਵੀ ਕਰੋ। ਥੈਂਕ ਯੂ ਸੋ ਮੱਚ, ਸੋ ਕੀਪ ਵਾਚਿੰਗ ਟੀਵੀ 84। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਕਰਦੇ ਹਾਂ ਅੱਜ, ਜਿਸ ਤਰ੍ਹਾਂ ਕਿ ਇਸ ਵੀਕ ਦਾ ਅਸੀਂ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਸੋਮਵਾਰ ਦਾ ਦਿਨ ਹੈ ਤੇ ਅਸੀਂ ਚਾਹਾਂਗੇ ਜੋ ਅੱਜ ਦੇ ਅਹਿਮ ਇਸ਼ੂ ਨੇ ਉਸ ਬਾਰੇ ਆਪਣੇ ਵਿਚਾਰਾਂ ਦੀ ਰੋਸ਼ਨੀ ਪਾ ਦਿਓ। ਜੀ ਡਾਕਟਰ ਸਾਹਿਬ, ਦੇਖੋ ਵੀਕਐਂਡ 'ਤੇ ਜਿਹੜੀਆਂ ਡਿਵੈਲਪਮੈਂਟਸ ਪੰਜਾਬ ਦੇ ਹਵਾਲੇ ਨਾਲ, ਖਾਸ ਤੌਰ 'ਤੇ ਅੰਮ੍ਰਿਤਸਰ ਸ਼ਹਿਰ 'ਚ ਸਿੱਖ ਜਥੇਬੰਦੀਆਂ ਵੱਲੋਂ ਪੰਥਕ ਅਸੈਂਬਲੀ, ਜਿਹਦੇ 'ਚ ਕਿ 117 ਨੁਮਾਇੰਦੇ ਪੰਜਾਬ ਦੇ ਅੱਡ ਅੱਡ ਹਿੱਸਿਆਂ 'ਚੋਂ ਜਿਹੜੇ ਨੇ ਮੌਜੂਦ ਸਨ, ਅਮਰੀਕਾ ਤੋਂ ਵੀ ਰਿਪ੍ਰਜੈਂਟੇਸ਼ਨ ਸੀ ਜੀ, ਉਸ ਕਾਰਵਾਈ ਨੂੰ ਕਾਫੀ ਮੀਡੀਆ ਨੇ ਵੀ, ਜਿਹੜੇ ਰੈਜੋਲੂਸ਼ਨ ਪਾਸ ਕੀਤੇ ਗਏ, ਜੋ ਗੱਲਬਾਤ ਹੋਈ ਉਸ ਨੂੰ ਕਾਫੀ ਹਾਈਲਾਈਟ ਕੀਤਾ। ਸਾਡੀ ਕੋਸ਼ਿਸ਼ ਸੀ ਕਿ ਅਸੀਂ ਉਸਨੂੰ ਲਾਈਵ ਕਵਰ ਕਰ ਸਕਦੇ, ਪਰ ਕੁਛ ਟੈਕਨੀਕਲ ਗਲਿਚ ਉੱਥੇ ਵੀ ਸੀ, ਜਦੋਂ ਵੀ ਕੋਈ ਥੋੜ੍ਹੀ ਬਹੁਤ ਸ਼ੁਰੂਆਤ ਹੋਈ ਫਿਰ ਇੰਟਰਪਟ ਹੋ ਜਾਂਦਾ ਸੀ, ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਬਹੁਤ ਜਲਦੀ ਉਸ ਦੀ ਜਿਹੜੀ ਰਿਕਾਰਡਿੰਗ ਹੈ, ਜਿਹੜੀ ਮੌਕੇ ਦੇ ਉੱਤੇ ਕੀਤੀ ਹੈ, ਉਸ ਨੂੰ ਅਸੀਂ ਦਰਸ਼ਕਾਂ ਦੇ ਸਾਹਮਣੇ ਲਿਆ ਸਕੀਏ। ਔਰ ਉਹਦੇ 'ਚ ਜਸਪਾਲ ਸਿੰਘ ਹੇਰਾ, ਜਿਹੜੇ ਪਹਿਰੇਦਾਰ ਅਖਬਾਰ ਦੇ ਐਡੀਟਰ ਇਨ ਚੀਫ ਨੇ, ਉਹਨਾਂ ਨੇ ਵੀ ਸ਼ਮੂਲੀਅਤ ਕੀਤੀ ਔਰ ਉਹਨਾਂ ਨਾਲ ਅੱਜ 9:30 ਤੋਂ 10 ਦੇ ਸੈਗਮੈਂਟ ਦੇ ਵਿੱਚ ਇਸ ਬਾਰੇ ਗੱਲਬਾਤ ਹੋਏਗੀ। ਸੋ ਮੈਂ ਇਸ ਬਾਰੇ ਅਜੇ ਬਹੁਤਾ ਕੁਛ ਨਹੀਂ ਕਹਾਂਗਾ। ਦੂਸਰਾ ਪਾਰਟ ਅਸੀਂ ਦੇਖਦੇ ਹਾਂ ਕਿ ਇੱਕ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਕਿ ਕਿਵੇਂ ਜਿੱਥੇ ਇਨਸਾਨੀ ਦਰਦ, ਇਨਸਾਨੀ ਪੀੜ, ਇਨਸਾਨੀ ਮੁਸੀਬਤ ਹੈ, ਉਸ ਦੇ ਵਿੱਚ ਵੀ ਘਟੀਆ ਸਿਆਸਤ ਹਰ ਥਾਂ ਵਾੜ ਦਿੱਤੀ ਗਈ ਹੈ। ਇਸ ਦੀ ਉਦਾਹਰਣ ਅੰਮ੍ਰਿਤਸਰ ਜੋੜਾ ਪੁਲ ਦੇ ਨੇੜੇ ਹੋਇਆ ਜਿਹੜਾ ਉਹ ਹਾਦਸਾ ਦੁਸਹਿਰੇ ਦੇ ਮੌਕੇ 'ਤੇ, ਜਿਹਦੇ 'ਚ ਹੁਣ ਤੱਕ 60 ਤੋਂ ਜ਼ਿਆਦਾ ਜਿਹੜੀਆਂ ਮੌਤਾਂ ਔਰ ਸੈਂਕੜਿਆਂ ਜ਼ਖਮੀ, ਉਹਨਾਂ ਦੀ ਖਬਰ ਹੈ। ਔਰ ਇਸ ਨੂੰ ਲੈ ਕੇ ਤੁਸੀਂ ਜਿੰਨਾ ਵੀ ਮੀਡੀਆ ਉੱਥੋਂ ਦਾ ਦੇਖਦੇ ਹੋ, ਹਰ ਕੋਈ ਇੰਨੀ ਗੈਰ ਜ਼ਿੰਮੇਵਾਰੀ ਨਾਲ ਬਿਆਨਬਾਜ਼ੀ ਕਰ ਰਿਹਾ ਹੈ, ਕੋਈ ਮੂੰਹ ਸਿਰ ਨਹੀਂ ਹੈ। ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੁਛ ਕਹਿ ਰਿਹਾ ਹੈ, ਪੁਲਿਸ ਕੁਛ ਕਹਿ ਰਹੀ ਹੈ, ਸਿਆਸੀ ਪਾਰਟੀਆਂ ਕੁਛ ਕਹਿ ਰਹੀਆਂ। ਔਰ ਜਿਹੜੀ ਗੱਲ ਮੈਂ ਦੇਖਦਾ ਕਿ ਵੀ ਕਿਵੇਂ ਹਰ ਘਟਨਾ ਨੂੰ, ਜਿਹੜਾ ਜਿੰਨੀ ਮਰਜ਼ੀ ਦੁਖਾਂਤਕ ਹੋਏ, ਉਸ ਨੂੰ ਫਿਰਕੂ ਰੰਗ ਦਿੱਤਾ ਜਾ ਸਕਦਾ ਹੈ। ਇਹਦੀ ਉਦਾਹਰਣ ਹੈ ਕਿ ਹਿੰਦੂ ਜਥੇਬੰਦੀਆਂ ਨੇ ਨਵਜੋਤ ਸਿੱਧੂ ਨੂੰ ਪਾਕਿਸਤਾਨ ਦੇ ਨਾਲ ਜੋੜ ਕੇ ਇਸ ਘਟਨਾ ਨੂੰ ਜਿਹੜਾ ਪਾਕਿਸਤਾਨ ਦੇ ਖਾਤੇ ਪਾਉਣ ਦੀ ਕੋਸ਼ਿਸ਼ ਕੀਤੀ ਕਿ ਵੀ ਉਹ ਗਿਆ ਉੱਥੇ ਸਾਜਿਸ਼ ਹੋਈ। ਇਹ ਤਾਂ ਕੋਈ ਗੱਲ ਨਾ ਹੋਈ ਜਦੋਂ ਪਾਕਿਸਤਾਨ ਗਏ ਨੇ ਤੇ ਇਸ ਤਰ੍ਹਾਂ ਥੋੜੀ ਕੋ ਨਹੀਂ। ਪਤਾ ਨਹੀਂ ਜਿਹੜਾ ਟ੍ਰੇਨ ਦਾ ਡਰਾਈਵਰ ਹੈ ਉਹ ਵੀ ਉਹਨਾਂ ਦੇ ਨਾਲ ਰਲਿਆ ਹੋਇਆ ਸੀ ਜਾਂ ਕੀ ਸੀ। ਸੋ ਇਸ ਕਿਸਮ ਦੀ ਜਿਹੜੀ ਫਿਰਕੂ ਸਿਆਸਤ, ਔਰ ਮੈਂ ਸਮਝਦਾ ਵੀ ਇਸ ਮਾਮਲੇ 'ਚ ਡਾਕਟਰ ਧਰਮਵੀਰ ਗਾਂਧੀ, ਜਿਹੜੇ ਪਟਿਆਲੇ ਤੋਂ ਮੈਂਬਰ ਪਾਰਲੀਮੈਂਟ ਨੇ, ਉਹਨਾਂ ਦੀ ਬੜੀ ਬੈਲੈਂਸਡ ਸਟੇਟਮੈਂਟ ਸੀ
ਉਹਨਾਂ ਨੇ ਕਿਹਾ ਕਿ ਮੁੱਖ ਦੋਸ਼ੀ ਦੋਵੇਂ ਹੀ ਨੇ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਦੁਸਹਿਰਾ ਕਮੇਟੀ, ਜਿਨ੍ਹਾਂ ਨੇ ਪ੍ਰਬੰਧ ਕਰਨਾ ਹੈ। ਤੁਸੀਂ 15,000 ਬੰਦਾ ਇਕੱਠਾ ਕਰ ਰਹੇ ਹੋ, ਗਰਾਊਂਡ ਹੈ, ਗਰਾਊਂਡ ਦੇ ਨਾਲ ਰੇਲਵੇ ਲਾਈਨਸ ਨੇ, ਕਿਸੇ ਨੂੰ ਕੋਈ ਇਨਫੋਰਮ ਨਹੀਂ ਕੀਤਾ ਜਾ ਰਿਹਾ, ਪੁਲਿਸ ਮੌਕੇ 'ਤੇ ਮੌਜੂਦ ਹੈ, ਲੇਕਿਨ ਉਸ ਦਾ ਕੋਈ ਵੀ ਜਿਹੜਾ ਰਾਈਟ ਅਪ ਇਸ ਨੂੰ ਲੈ ਕੇ ਜਿਹੜਾ ਹੈ ਉਹ ਕੋਈ ਵੀ ਉਹ ਹੈ ਜੀ ਅਸੀਂ ਪਰਮਿਟ ਲਏ ਨਹੀਂ ਲਏ। ਸੋ ਮੈਂ ਸਮਝਦਾ ਹਾਂ ਵੀ ਇਹ ਇੱਕ ਆਪਣੇ ਆਪ ਦੇ ਵਿੱਚ ਜਦੋਂ ਅਸੀਂ ਸਿਸਟਮ ਬਦਲਣ ਦੀ ਗੱਲ ਕਰਦੇ, ਬੇਸ਼ੱਕ ਇਸ ਦੇ ਉੱਤੇ ਨਵਜੋਤ ਸਿੰਘ ਸਿੱਧੂ ਔਰ ਨਵਜੋਤ ਕੌਰ ਸਿੱਧੂ ਦੋਨੋਂ ਹੀ ਹੁਣ ਡਿਫੈਂਸਿਵ ਨੇ, ਕਿਉਂਕਿ ਉਹਨਾਂ ਦਾ ਹਲਕਾ ਵੀ ਪੈਂਦਾ ਹੈ, ਕੰਸਟੀਚੁਐਂਸੀ ਅੰਮ੍ਰਿਤਸਰ ਦੀ ਈਸਟ ਹੈ, ਔਰ ਨਵਜੋਤ ਕੌਰ ਸਿੱਧੂ ਸਟੇਜ ਦੇ ਉੱਤੇ ਮੌਜੂਦ ਸੀ ਐਜ਼ ਏ ਚੀਫ ਗੈਸਟ। ਪਹਿਲੀਆਂ ਖਬਰਾਂ ਇਹ ਵੀ ਸੀ ਕਿ ਜੀ ਉੱਥੋਂ ਇਕਦਮ ਚਲੀ ਗਈ, ਔਰ ਉਹਨੇ ਕਿਹਾ ਜੀ ਇਸ ਲਈ ਕਿਉਂਕਿ ਮੈਂ ਤਾਂ ਇਹ ਹਾਦਸਾ ਬਾਅਦ 'ਚ ਹੋਇਆ, ਮੈਂ ਤਾਂ ਹਸਪਤਾਲਾਂ 'ਚ ਜਾ ਕੇ ਦੇਖਿਆ ਜ਼ਖਮੀਆਂ ਨੂੰ, ਔਰ ਅਕਾਲੀ ਵੀ ਘਟੀਆ ਸਿਆਸਤ ਕਰ ਰਹੇ ਨੇ ਜੀ ਅਸਤੀਫਾ ਔਰ ਇੱਧਰ ਉੱਧਰ, ਪਰ ਮੈਂ ਇਸ ਸਾਰੇ 'ਚੋਂ ਸਿਸਟਮ ਦੀ ਉਸ ਗੱਲ ਵੱਲ ਦੇਖਦਾ ਕਿ ਕਿਵੇਂ ਜੋ ਵੀ ਵਾਪਰਦਾ, ਜਿਵੇਂ ਮੈਂ ਉਸ ਦਿਨ ਵੀ ਕਿਹਾ ਸੀ ਵੀ ਕੁੰਭ ਦੇ ਮੇਲੇ ਦੇ ਭਗਦੜ 'ਚ ਲੋਕ ਮਰ ਜਾਣ, ਕਿਸੇ ਹਿੱਲ ਸਟੇਸ਼ਨ 'ਤੇ ਗਿਆ ਬੱਸ ਦੀ ਸਪੀਡ ਇੰਨੀ ਕੁ ਹੈ ਔਰ ਉੱਥੇ ਮੋੜ ਇਸ ਕਿਸਮ ਦੇ ਬਣੇ ਹੋਏ ਨੇ ਜਿਨ੍ਹਾਂ ਦੇ ਵਿੱਚ ਕੋਈ ਬੈਕ ਡਿਫੈਂਸ ਨਹੀਂ ਹੈ, ਉਹਦੇ ਨਾਲ ਕੁਛ ਹੋ ਜਾਏ, ਉਸ ਸਾਰੇ ਨੂੰ ਜਿਹੜਾ 2-4 ਦਿਨ ਰੌਲਾ ਪੈਂਦਾ, ਫਿਰ ਉਹੀ ਜਿਹੜਾ ਗੰਦਾ ਸਿਸਟਮ ਹੈ ਜਿਹਦੇ 'ਚ ਕਿ ਹਿਊਮਨ ਲਾਈਫ ਦੀ ਕੋਈ ਕੀਮਤ ਨਹੀਂ, ਇਹਦੇ 'ਚ ਕੋਈ ਹਿੰਦੂ ਸਿੱਖ ਮੁਸਲਮਾਨ ਈਸਾਈ ਦਾ ਸੰਬੰਧ ਨਹੀਂ ਹੈ, ਮਰਨ ਵਾਲਾ ਇਨਸਾਨ ਹੈ, ਸਭ ਤੋਂ ਪਹਿਲਾਂ ਇਨਸਾਨੀਅਤ ਹੈ, ਲੇਕਿਨ ਜਿੱਥੇ ਇਨਸਾਨ ਹੀ ਕੈਜੂਐਲਟੀ ਹੋਏ ਔਰ ਸਿਰਫ ਤੇ ਸਿਰਫ ਗਰੀਡ ਔਰ ਘਟੀਆ ਸਿਆਸਤ ਦੀ ਗੱਲ ਹੋਏ। ਔਰ ਮੈਂ ਇਹ ਦੇਖ ਰਿਹਾ ਵੀ ਬੇਸ਼ੱਕ ਅਕਾਲੀਆਂ ਨੇ ਵੀ ਇਸ ਮੁੱਦੇ ਨੂੰ, ਕਿਉਂਕਿ ਖੁਦ ਬਾਦਲ ਦਲੀਏ ਜੋ ਇਹਨਾਂ ਦੀ ਕਰਤੂਤ ਰਹੀ 10 ਸਾਲ ਦੇ ਰਾਜ ਦੇ ਦੌਰਾਨ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਸੈਂਕੜਿਆਂ ਘਟਨਾਵਾਂ ਔਰ ਰਣਜੀਤ ਸਿੰਘ ਕਮਿਸ਼ਨ ਰਿਪੋਰਟ ਤੋਂ ਬਾਅਦ, ਜਿਵੇਂ ਹੁਣ ਇੱਕ ਤੋਂ ਬਾਅਦ ਇੱਕ, ਪਹਿਲਾਂ ਇਹਨਾਂ ਦੇ ਕੁਝ ਸੀਨੀਅਰ ਆਗੂ ਬਗਾਵਤ ਦੇ ਰਸਤੇ ਦੀ ਉਹਨਾਂ ਨੇ ਭਾਵੇਂ ਉਹਨਾਂ ਨੂੰ ਇਹਨਾਂ ਨੇ ਕਰਬ ਕਰ ਲਿਆ, ਪਰ ਉਹਨਾਂ 'ਚੋਂ ਬਗਾਵਤ ਦੀ ਬੂਹ ਜ਼ਰੂਰ ਆਈ। ਫਿਰ ਅਸੀਂ ਦੇਖਦੇ ਹਾਂ ਕਿ ਅਕਾਲ ਤਖ਼ਤ ਦੇ ਜਥੇਦਾਰ ਨੂੰ ਲੈ ਕੇ ਕਿ ਵੀ 3 ਸਾਲ, ਜਿਹਨੂੰ ਇਹ ਅੰਗਰੇਜ਼ੀ ਵਾਲੇ ਕਹਿੰਦੇ ਨੇ ਲੇਮ ਡੱਕ, ਕਿ ਵੀ ਇਹ ਜਦੋਂ ਇਹ ਗੱਲ ਸਾਹਮਣੇ ਆ ਗਈ ਕਿ ਸੌਦਾ ਸਾਧ ਨੂੰ ਮੁਆਫ਼ੀ ਦਾ ਜਿਹੜਾ ਡਰਾਮਾ ਸੀ ਉਹ ਅਕਸ਼ੇ ਕੁਮਾਰ ਦੀ ਕੋਠੀ 'ਚ ਬੰਬਈ ਦੇ ਵਿੱਚ ਇਹਨੇ ਸੁਖਬੀਰ ਬਾਦਲ ਔਰ ਇਸ ਦੇ ਯਾਰਾਂ ਨੇ ਰਚਿਆ, ਵਿਕਰਮ ਮਜੀਠੀਏ ਨੇ, ਔਰ ਸੰਗਤ ਦਾ ਇੰਨਾ ਕੁ ਵਿਰੋਧ ਹੋਇਆ ਕਿ ਬਈ ਉਹਨਾਂ ਨੂੰ ਉਹ ਵਾਪਸ ਲੈਣਾ ਪਿਆ। ਜੇ ਕੋਈ ਵੀ ਮਾੜੀ ਮੋਟੀ ਗੈਰਤ ਅਣਖ ਕਿਸੇ ਇਨਸਾਨ 'ਚ ਹੁੰਦੀ ਜਾਂ ਹੋਏ ਤਾਂ ਇਹਨੂੰ ਉਦੋਂ ਹੀ ਅਸਤੀਫਾ ਦੇ ਦੇਣਾ ਚਾਹੀਦਾ ਸੀ, ਪਰ ਇਹ ਗ੍ਰੰਥੀ ਬ੍ਰਾਂਡ ਜਿਹੜੇ ਕਿ ਆਪਣੇ ਆਕਾਵਾਂ ਨੂੰ ਖੁਸ਼ ਕਰਦੇ ਕਰਦੇ ਇੱਕ ਚੋਬਦਾਰ ਤੋਂ ਬਰਛੇ 'ਤੇ ਖਲੋਤਾ ਹੁੰਦਾ ਸੀ ਜਥੇਦਾਰ ਤੱਕ ਪਹੁੰਚੇ, ਇਹ ਬਿਲਕੁਲ ਬੇਗੈਰਤੇ ਨੇ। ਔਰ ਇਹ ਜਿਹੜਾ ਇਸ ਨੂੰ ਕੱਢਣ ਦੀ ਲਾਈਨ ਸੀ, ਕਈ ਵਾਰੀ ਇਹ ਡਿਮਾਂਡ ਜਦੋਂ 2015 ਸਰਬੱਤ ਖਾਲਸਾ ਹੋਇਆ ਜਥੇਦਾਰ ਜਗਤਾਰ ਸਿੰਘ ਹਵਾਰਾ ਜਥੇਦਾਰ ਬਣਾ ਦਿੱਤੇ ਗਏ, ਸੋ ਜ਼ਾਹਿਰ ਹੈ ਵੀ ਕੋਈ ਹੋਰ ਇਸ ਦੇ ਵਿੱਚ ਥਾਂ ਨਹੀਂ ਸੀ ਰਹਿੰਦੀ, ਪਰ ਇਹਨਾਂ ਨੇ ਇਸ ਲੇਮ ਡੱਕ ਜਥੇਦਾਰ ਨੂੰ ਵੀ 3 ਸਾਲ ਰਗੜਿਆ ਪੂਰੀ ਤਰ੍ਹਾਂ, ਜਦੋਂ ਕਿ ਉਹ ਹੁਣ ਮੁਕਾਮ ਆ ਗਿਆ ਵੀ ਦੂਜੇ ਜਥੇਦਾਰਾਂ ਨੇ ਵੀ ਨਾਲ ਬਹਿਣ ਤੋਂ ਨਾ ਕਰ ਦਿੱਤੀ, ਬਾਹਰਲੇ ਮੁਲਕਾਂ 'ਚ ਤਾਂ ਜਾਣ ਤੋਂ ਰਿਹਾ ਹੀ ਸੀ, ਲੋਕਲ ਇਕੱਠਾਂ 'ਚ ਵੀ ਜਾਣ ਤੋਂ ਰਿਹਾ, ਔਰ ਜਦੋਂ ਪਿਛਲੀ ਅਸੈਂਬਲੀ ਡਿਬੇਟ ਦੇ ਵਿੱਚ ਇਹਦੇ ਪੁੱਤਰ ਦੀਆਂ ਕਰਤੂਤਾਂ ਵੀ ਕੀ ਕਿਵੇਂ ਬਿਜ਼ਨਸ ਕਿਹੜੇ ਫਾਇਦੇ ਅਤੇ ਕੀ ਕਰ ਰਹੇ ਇਹ ਵੀ ਸਾਹਮਣੇ ਆਈਆਂ, ਫਿਰ ਇਹਨਾਂ ਨੂੰ ਲੱਗਿਆ ਕਿ ਬਈ ਹੁਣ ਇਹ ਜਿਹੜੀ ਮੌਤ ਸਿਆਸੀ ਮੌਤ ਦਾ ਜਿਹੜਾ ਚੱਕਰ ਉਹ ਬਾਦਲ ਪਿਓ ਪੁੱਤ ਦੇ ਦੁਆਲੇ ਮੰਡਰਾ ਰਿਹਾ, ਉਹਨਾਂ ਨੇ ਉਹਦੇ ਦੁਆਲੇ ਮੰਡਰਾ ਕੇ
ਉਸ ਦੀ ਜਿਹੜਾ ਉਹਨੂੰ ਕੁਰਬਾਨ ਕਰ ਦਿੱਤਾ। ਲੇਕਿਨ ਜਿਹੜਾ ਇਸ ਤੋਂ ਬਾਅਦ ਜਿਹੜਾ ਤੌਰ ਤਰੀਕਾ, ਅਸੀਂ ਆਪਣੇ ਪਿਛਲੇ ਸੈਗਮੈਂਟ 'ਚ ਕਿਹਾ ਸੀ ਕਿ ਇੱਕ ਹੋਰ ਗ੍ਰੰਥੀ ਜਿਹੜਾ ਉਸ ਥਾਂ 'ਤੇ ਜਿਹੜਾ ਇਹਨਾਂ ਦਾ ਲੋਇਲ ਹੋਏਗਾ, ਕਿਉਂਕਿ ਇਵੈਂਚੁਅਲੀ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਨੇ, ਉਹਨਾਂ ਨੂੰ ਸਥਾਪਿਤ ਕਰ ਦਿੱਤਾ ਜਾਏਗਾ। ਹਾਲਾਂਕਿ ਔਰ ਇੱਕ ਜਿਹੜੀ ਗੱਲ ਕਿਤਿਓਂ ਨਾ ਕਿਤਿਓਂ ਇਹ ਵੀ ਆਈ ਹੈ ਵੀ ਹੋ ਸਕਦਾ ਹੈ ਕਿ ਬਾਦਲ ਵੀ ਉਸ ਕਿਸਮ ਦੀ ਸ਼ਰਾਰਤ ਕਰ ਸਕਦੇ ਨੇ ਜਿਉਂ ਜਿਹੀ ਕਦੇ ਟੌੜੇ ਨੇ ਜਦੋਂ ਪੰਜਾਬ ਦੇ ਵਿੱਚ ਪੂਰੀ ਜੁਝਾਰੂ ਲਹਿਰ ਦਾ ਜ਼ੋਰ ਸੀ ਔਰ ਇਹ ਅਕਾਲੀ ਇਰੈਲੀਵੈਂਟ ਹੋ ਰਿਹਾ ਸੀ। ਜਥੇਦਾਰ ਰਣਜੀਤ ਸਿੰਘ ਦਿੱਲੀ ਦੀ ਤਿਹਾੜ ਜੇਲ੍ਹ 'ਚ ਨਰਕਧਾਰੀ ਨੂੰ ਸੋਧਣ ਦੇ ਕੇਸ ਦੇ ਵਿੱਚ ਉਮਰ ਕੈਦ ਭੁਗਤ ਰਿਹਾ ਸੀ ਅਤੇ ਉਦੋਂ ਉਹਨਾਂ ਨੇ ਉਹਨੂੰ ਜਥੇਦਾਰ ਰਣਜੀਤ ਸਿੰਘ ਨੂੰ ਟੌੜੇ ਨੇ ਜਥੇਦਾਰ ਬਣਾ ਦਿੱਤਾ ਸੀ ਅਕਾਲ ਤਖ਼ਤ ਦਾ ਅਤੇ ਉਹਨਾਂ ਨੂੰ ਪਤਾ ਸੀ ਵੀ ਉਹਨੇ ਬਾਹਰ ਆਉਣਾ ਨਹੀਂ ਹੈ ਅਤੇ ਮਨਜੀਤ ਸਿੰਘ ਜਿਹੜਾ ਕੇਸਗੜ੍ਹ ਸਾਹਿਬ ਦਾ ਜਥੇਦਾਰ ਸੀ ਪ੍ਰੋਫੈਸਰ ਮਨਜੀਤ ਸਿੰਘ ਉਹਨੂੰ ਐਕਟਿੰਗ ਜਥੇਦਾਰ ਬਣਾ ਦਿੱਤਾ ਸੀ। ਹੁਣ ਵੀ ਬੇਸ਼ੱਕ ਇਮੀਡੀਏਟਲੀ ਐਕਟਿੰਗ ਜਥੇਦਾਰ ਉਹਨਾਂ ਨੇ ਭਾਈ ਹਰਪ੍ਰੀਤ ਸਿੰਘ ਜਿਹੜੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਨੇ ਉਹਨਾਂ ਨੂੰ ਐਡੀਸ਼ਨਲ ਚਾਰਜ ਦਿੱਤਾ ਹੈ। ਪਤਾ ਨਹੀਂ ਕਿਹੜੀਆਂ ਟਰਮੀਨੋਲੋਜੀ ਗੌਰਮੈਂਟ ਨੌਕਰੀਆਂ ਦੀ ਹੈ ਜਥੇਦਾਰਾਂ ਲਈ ਵੀ ਵਰਤ ਰਹੇ ਨੇ ਐਡੀਸ਼ਨਲ ਚਾਰਜ ਦੀ। ਲੇਕਿਨ ਇਹ ਆਇਆ ਜੀ ਸਭ ਤੋਂ ਪੜ੍ਹੇ ਲਿਖੇ 45 ਸਾਲ ਦੀ ਉਮਰ, ਉਹ PhD ਕਰ ਰਹੇ ਨੇ, ਕੰਪੈਰੇਟਿਵ ਰੈਲੀਜਨਸ ਦੀ ਗ੍ਰੈਜੂਏਸ਼ਨ ਕੀਤੀ ਹੋਈ ਆ ਔਰ ਗੁਰੂ ਗ੍ਰੰਥ ਸਾਹਿਬ ਔਰ ਕੁਰਾਨ ਸ਼ਰੀਫ ਦੇ ਵਿੱਚ ਜਿਹੜੀਆਂ ਕੀ ਸਿਮਿਲੈਰਿਟੀਜ਼ ਨੇ ਉਹਦੇ 'ਤੇ ਉਹਨਾਂ ਦੀ PhD ਹੈ। ਚਲੋ ਚੰਗੀ ਗੱਲ ਹੈ, ਪਹਿਲੀ ਵਾਰ ਇਹ ਦੇਖਣ ਨੂੰ ਮਿਲਦਾ ਕਿ ਕੋਈ ਥੋੜ੍ਹਾ ਬਹੁਤ ਪੜ੍ਹਨ ਲਿਖਣ ਵੱਲ ਰੁਚੀ ਹੈ। ਪਰ ਇਹ ਕਿਉਂਕਿ ਐਕਟਿੰਗ ਕਹਿ ਕੇ ਔਰ ਜਿਹੜੀ ਚੱਲ ਅੰਡਰ ਕਰੰਟ ਚੱਲ ਰਿਹਾ ਹੈ ਕਿ ਇਸ ਵੇਲੇ ਜਿਹੜੇ ਬਾਦਲ ਔਰ ਇਹਨਾਂ ਦਾ ਸਾਰਾ ਕੁਰਬਾ ਖਾਸ ਤੌਰ 'ਤੇ ਪੰਥ ਪ੍ਰਸਤ ਧਿਰਾਂ ਦੇ ਵਿੱਚ ਬਿਲਕੁਲ ਇਹਨਾਂ ਦਾ ਨਿਗਾਰ ਹੈ। ਇਹਨਾਂ ਨੂੰ ਇਹਨਾਂ ਦੇ ਪੰਥਕ ਅਸੈਂਬਲੀ ਨੇ ਵੀ ਇਹਨਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਹੈ। ਪਹਿਲਾਂ ਸਰਬੱਤ ਖਾਲਸਾ 2015 ਤੋਂ ਵੀ ਬਾਈਕਾਟ ਦੀ ਲਾਈਨ ਹੈ। ਸੋ ਇਸ ਗੱਲ ਦੀ ਵੀ ਪੋਸੀਬਿਲਟੀ ਨੂੰ ਇਨਕਾਰਿਆ ਨਹੀਂ ਜਾ ਸਕਦਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਜਿਹੜੇ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਨਾਲ ਇਖਤਲਾਫਾਤ ਤਾਂ ਰੱਖਦੇ ਹੀ ਸੀ, ਪਰ ਪਿਛਲੇ ਪੀਰੀਅਡ 'ਚ ਦੇਖਣ 'ਚ ਆਇਆ ਵੀ ਉਹਨਾਂ ਨੇ ਖੁੱਲ੍ਹ ਕੇ ਬਾਦਲ ਦਲ ਦੀ ਹਮਾਇਤ ਕੀਤੀ ਹੈ ਕਿ ਉਹਨਾਂ ਨੂੰ ਵੀ ਜਿਵੇਂ ਟੌੜੇ ਨੇ ਗੇਮ ਖੇਲੀ ਸੀ ਜਥੇਦਾਰ ਰਣਜੀਤ ਸਿੰਘ ਵਾਲੀ ਕਿ ਭਾਈ ਖੜਾਮ ਰੱਖ ਦਿਓ ਅਤੇ ਫਿਰ ਆਪਣੀਆਂ ਚਲਾਓ, ਲੋਕਾਂ ਨੂੰ ਇਹੋ ਜਿਹੀ ਦੇਖੋ ਅਸੀਂ ਇਹ ਕਰ ਰਹੇ ਹਾਂ। ਕਿਉਂਕਿ ਇਹ ਸਾਰਾ ਇਸ ਲਈ ਵੀ ਜਿਹੜੀ ਸਟੇਜ ਜਿਹੜਾ ਸਾਡਾ ਓਪਨਿੰਗ ਸੈਗਮੈਂਟ ਹੈ ਅੱਜ, ਮੈਨੂੰ ਥੋੜ੍ਹੀ ਜਿਹੀ ਹੈਰਾਨੀ ਵੀ ਹੋਈ ਕਿ ਵੀ BJP ਜਿਹਦੇ ਨਾਲ ਇਹ ਸੀਨੀਅਰ ਬਾਦਲ ਹਮੇਸ਼ਾ ਪਤੀ ਪਤਨੀ ਦਾ ਰਿਸ਼ਤਾ 1-way ਟ੍ਰੈਫਿਕ ਕਿ ਭਾਈ ਅਸੀਂ ਲੈਣਾ ਦੇਣਾ ਕੁਛ ਨਹੀਂ, ਹਾਂਜੀ ਇਹ ਜੁੱਤੀਆਂ ਵੀ ਖਾਣੀਆਂ ਨੇ ਇਹਨਾਂ ਤੋਂ, ਪੰਜਾਬ ਲਈ ਵੀ ਕੋਈ ਕਨਸੈਸ਼ਨ ਨਹੀਂ ਔਰ ਡਰਾਮੇਬਾਜ਼ੀਆਂ ਵੀ ਕਰਨੀਆਂ। ਹੁਣ ਇਹ ਹੈ ਜੀ 3 ਨਵੰਬਰ ਨੂੰ ਸੀਨੀਅਰ ਬਾਦਲ ਰਕਾਬਗੰਜ ਸਾਹਿਬ ਤੋਂ ਇੱਕ ਵੱਡਾ ਪ੍ਰੋਟੈਸਟ ਲੀਡ ਕਰਨਗੇ ਕਿ ਜੀ ਨਵੰਬਰ 84 ਦੀ ਨਸਲਕੁਸ਼ੀ ਦੇ ਜਿਹੜੇ ਨੇ ਉਹ 34-35 ਸਾਲ ਬੀਤਣ ਬਾਅਦ ਵੀ ਜਿਹੜਾ ਸਾਨੂੰ ਇਨਸਾਫ ਨਹੀਂ ਮਿਲਿਆ। ਦੇਖੋ ਇਹ ਕਿਉਂ ਜੇ ਜਾਂ ਤਾਂ ਲੋਕ ਬੇਵਾਕੂਫ ਨੇ ਜਾਂ ਇਹ ਸਮਝਦੇ ਨੇ ਬੇਵਾਕੂਫ ਨੇ ਕਿ ਵੀ ਜਿਸ ਸਰਕਾਰ 'ਚ ਤੁਸੀਂ ਭਾਈਵਾਲ ਹੋ, 4 ਸਾਲ ਤੋਂ ਤੁਹਾਡੀ ਬੀਬਾ ਹਰਸਿਮਰਤ ਕੌਰ ਮਿਨਿਸਟਰ ਬਣ ਕੇ ਮੋਦੀ ਸਰਕਾਰ 'ਚ ਬੈਠੀ ਹੈ, ਉਸ ਤੋਂ ਪਹਿਲਾਂ ਵਾਜਪਾਈ ਦੀ ਸਰਕਾਰ ਵੇਲੇ ਜਿਹੜੀ ਉਹਦੀ 5 ਸਾਲ ਦਾ ਦੀ ਉਹਦੀ ਸਰਕਾਰ ਸੀ ਉਹਦੇ 'ਚ ਤੁਹਾਡੇ ਵਜ਼ੀਰ ਬੈਠੇ ਸੀ, ਪ੍ਰੋਟੈਸਟ ਤੁਸੀਂ ਕਿਹਦੇ ਖਿਲਾਫ ਕਰ ਰਹੇ? ਬਿਲਕੁਲ ਕਾਂਗਰਸ ਨੇ ਇਹ ਗੁਨਾਹ ਕੀਤਾ ਨਵੰਬਰ 84 ਦੀ ਨਸਲਕੁਸ਼ੀ ਦਾ। ਕਾਂਗਰਸ ਸਰਕਾਰ ਨੇ ਤਾਂ ਕਿਸੇ ਨੂੰ ਸਜ਼ਾ ਦੇਣੀ ਨਹੀਂ ਸੀ ਜਾਂ ਦੇਣੀ ਨਹੀਂ ਹੈ, ਉਹ ਭਾਵੇਂ ਪੱਗ ਵਾਲਾ ਮਨਮੋਹਨ ਸਿੰਘ ਹੀ ਉੱਥੇ ਬੈਠਾ ਰਿਹਾ 10 ਸਾਲ, ਉਹ ਵੀ ਮੂੰਹ 'ਚ ਮਿਣ-ਮਿਣ ਕਰਦਾ ਰਿਹਾ। ਪਰ ਜਿਹੜਾ ਤੁਹਾਡੇ ਕੋਲ ਤੁਸੀਂ ਜਿਸ ਸਰਕਾਰ ਦਾ ਹਿੱਸਾ ਹੋ, ਜੇ ਤੁਸੀਂ ਜਾਂ ਤਾਂ ਤੁਸੀਂ ਨਾਲ ਰਲੇ ਹੋਏ ਹੋ ਉਹਨਾਂ ਦੇ, ਜਿਹੜੀ ਗੱਲ ਜ਼ਿਆਦਾ ਠੀਕ ਹੈ, ਅਤੇ ਇਹ ਤੁਸੀਂ ਕਿਹਨੂੰ ਬੇਵਕੂਫਾਂ ਬੇਵਕੂਫ ਬਣਾ ਰਹੇ ਹੋ ਕਿ ਜੀ ਦੇਖੋ ਬਾਦਲ ਲੀਡ ਕਰਨਗੇ।
ਔਰ ਦੂਸਰੇ ਪਾਸੇ ਜਿਹੜੀ ਗੱਲ ਨਜ਼ਰ ਆ ਰਹੀ ਹੈ, ਜਦੋਂ ਇਹ ਮੈਂ ਲੀਡ ਕਰਨ ਵਾਲੀ ਖਬਰ ਵੀ ਪੜ੍ਹੀ ਤਾਂ ਇੱਕਦਮ ਮੇਰੀ ਨਜ਼ਰ ਇੱਕ ਖਬਰ ਦੇ ਉੱਤੇ ਪਈ ਕਿ ਫਿਰੋਜ਼ਪੁਰ ਪ੍ਰੈਸ ਕਲੱਬ ਦੇ ਵਿੱਚ ਬੀਜੇਪੀ ਦਾ ਪੰਜਾਬ ਯੂਨਿਟ ਦਾ ਜਿਹੜਾ ਪ੍ਰਧਾਨ ਹੈ ਕਮਲ ਸ਼ਰਮਾ, ਉਹਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਉਹਦੇ 'ਚ ਜੋ ਉਹਨੇ ਕਿਹਾ ਇਹ ਉਹਨਾਂ ਦਾ ਹੀ ਬਾਦਲਾਂ ਦਾ ਹੀ ਬੜਾ ਔਰ ਬੀਜੇਪੀ ਦਾ ਫੇਵਰੇਟ ਜਿਹੜਾ ਜਾਂ ਉਹਨਾਂ ਨੂੰ ਫੇਵਰ ਕਰਨ ਵਾਲਾ ਵੈਬਸਾਈਟ ਹੈ babushahi.com, ਉਹਦੀ ਖਬਰ ਹੈ ਬੀਜੇਪੀ ਬਲੇਮਸ ਸ਼੍ਰੋਮਣੀ ਅਕਾਲੀ ਦਲ ਫਾਰ ਇਨ ਐਕਸ਼ਨ ਇਨ ਬਰਗਾੜੀ ਸੈਕਰੀਲੇਜ ਐਂਡ ਬੇਬਲ ਕਲਾ ਫਾਇਰਿੰਗ ਇੰਸੀਡੈਂਟ, ਕਿ ਬੀਜੇਪੀ ਪੰਜਾਬ ਦਾ ਪ੍ਰਧਾਨ ਫਿਰੋਜ਼ਪੁਰ ਪ੍ਰੈਸ ਕਲੱਬ ਦੀ ਪ੍ਰੈਸ ਕਾਨਫਰੰਸ ਕਹਿ ਰਿਹਾ ਕਿ ਭਾਈ ਇਹ ਜਿਹੜਾ ਬੇਬਲ ਕਲਾਂ ਦੇ ਵਿੱਚ ਗੋਲੀ ਚੱਲੀ ਔਰ ਬਰਗਾੜੀ ਦੇ ਵਿੱਚ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਇਹਦੇ ਲਈ ਬਾਦਲ ਅਕਾਲੀ ਦਲ ਜ਼ਿੰਮੇਵਾਰ ਹੈ। ਹੁਣ ਕੋਈ ਪੁੱਛ ਸਕਦਾ ਹੈ ਕਿ ਵੀ ਜੀ ਤੁਸੀਂ ਤਾਂ ਸਰਕਾਰ ਦਾ ਹਿੱਸਾ ਸੀ, ਉਹਨੂੰ ਉਹਨਾਂ ਨੇ ਪਹਿਲਾਂ ਹੀ ਕਵਰ ਕਰ ਦਿੱਤਾ। ਉਹਨਾਂ ਨੇ ਕਿਹਾ ਕਿ ਐਡਮਿਟਿੰਗ ਦਾ ਲੈਪਸ ਔਨ ਦਾ ਪਾਰਟ ਆਫ ਅਲਾਇੰਸ ਗਵਰਨਮੈਂਟ ਬੀਇੰਗ ਐਨ ਇਕੁਅਲ ਪਾਰਟਨਰ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਇਨ ਪੰਜਾਬ ਫਾਰ ਨੋਟ ਟੇਕਿੰਗ ਐਕਸ਼ਨ ਐਕਸਪੀਡੀਸ਼ੀਅਸਲੀ ਇਨ ਬਰਗਾੜੀ ਸੈਕਰੀਲੇਜ ਐਂਡ ਫਾਇਰਿੰਗ ਇੰਸੀਡੈਂਟ ਐਟ ਬੇਬਲ ਕਲਾਂ ਔਨ ਅਕਟੂਬਰ 14, 2015, ਕਮਲ ਸ਼ਰਮਾ ਇਨ ਰਿਪਲਾਈ ਟੂ ਅ ਕੁਸ਼ਚਨ ਟੂਡੇ ਡਿਊਰਿੰਗ ਹਿਜ਼ ਵਿਜ਼ਿਟ ਟੂ ਪ੍ਰੈਸ ਕਲੱਬ ਫਿਰੋਜ਼ਪੁਰ ਸੈਡ ਸਿੰਸ ਬੋਥ ਦਾ ਚੀਫ ਮਿਨਿਸਟਰ ਐਂਡ ਹੋਮ ਮਿਨਿਸਟਰ ਵਰ ਆਫ ਅਕਾਲੀ ਦਲ ਦਾ ਡਾਇਰੈਕਟ ਰਿਸਪੋਂਸੀਬਿਲਿਟੀ ਇਜ਼ ਆਫ ਦੈਮ ਬਟ ਬੀਂਗ ਐਨ ਅਲਾਇੰਸ ਪਾਰਟਨਰ ਇਟ ਬਿਕਮਸ ਏ ਕਲੈਕਟਿਵ ਰਿਸਪੋਂਸੀਬਿਲਿਟੀ। ਉਹਨੇ ਕਿਹਾ ਜੀ ਸਾਡੇ ਕੋਲ ਤਾਂ ਹੈ ਹੀ ਕੁਛ ਨਹੀਂ ਸੀ, ਚੀਫ ਮਿਨਿਸਟਰ ਵੀ ਉਹਨਾਂ ਦਾ ਔਰ ਡਿਪਟੀ ਚੀਫ ਮਿਨਿਸਟਰ ਵੀ ਉਹਨਾਂ ਦਾ, ਪਰ ਚਲੋ ਕਿਉਂਕਿ ਅਸੀਂ ਵਿੱਚ ਸੀ ਸਾਡੇ ਤਾਂ ਵੀ ਜ਼ਿੰਮੇਵਾਰੀ ਆਉਂਦੀ ਹੈ। ਪਰ ਨਾਲ ਉਹਨੇ ਕਿਹਾ ਕਮਲ ਸ਼ਰਮਾ ਸੈਡ ਵਟ ਐਵਰ ਐਕਸ਼ਨ ਇਜ਼ ਬੀਂਗ ਟੇਕਨ ਨਾਓ ਦ ਸੇਮ ਕੁਡ ਹੈਵ ਬੀਨ ਇਨੀਸ਼ੀਏਟਿਡ ਡਿਊਰਿੰਗ ਦਾ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗਵਰਨਮੈਂਟ। ਉਹਨੇ ਕਿਹਾ ਜੀ ਜਿਹੜਾ ਹੁਣ ਐਕਸ਼ਨ ਲੈ ਰਹੀ ਹੈ ਸਰਕਾਰ, ਇਹ ਅਕਾਲੀ ਦਲ ਬਾਦਲ ਦੇ ਦੋਨਾਂ ਬਾਦਲਾਂ ਨੇ ਕਿਉਂ ਨਹੀਂ, ਇਹ ਬੀਜੇਪੀ ਦਾ ਕਹਿ ਰਿਹਾ ਜੀ। ਉੱਧਰ ਸੀਨੀਅਰ ਬਾਦਲ ਦਿੱਲੀ 'ਚ ਪ੍ਰੋਟੈਸਟ ਲੀਡ ਕਰੇਗਾ ਕਿ ਜੀ ਸਿੱਖਾਂ ਨੂੰ ਇਨਸਾਫ਼ ਨਹੀਂ ਮਿਲਿਆ ਨਵੰਬਰ 84 ਦੀ ਨਸਲਕੁਸ਼ੀ ਦਾ। ਸੋ ਇਸ ਸਾਰੇ 'ਚੋਂ ਇੱਕ ਗੱਲ ਜਿਹੜੀ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਭਾਫ਼ ਨਿਕਲਦੀ ਲੱਗਦੀ ਹੈ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਆਲ ਇਜ਼ ਨੋਟ ਵੈਲ ਵਿਦਨ, ਕਿ ਅੰਦਰ ਜਿਹੜਾ ਉਹ ਸਭ ਠੀਕ ਨਹੀਂ ਚੱਲ ਰਿਹਾ, ਜਾਂ ਕਿਉਂਕਿ ਬੀਜੇਪੀ ਦੇ ਕੋਲ ਤਾਂ ਇਸ ਵੇਲੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਉਹਨਾਂ ਦੇ ਥਿੰਕ ਟੈਂਕ ਬੈਠੇ ਨੇ, ਸਟ੍ਰੈਟੇਜਿਸਟ ਬੈਠੇ ਨੇ। ਹੋ ਸਕਦਾ ਉਹਨਾਂ ਨੇ ਕਿਹਾ ਹੋਏ ਕਿ ਜੀ ਇਹਨਾਂ ਦੇ ਨਾਲ ਲੱਗ ਕੇ ਤਾਂ ਜਿਹੜੀਆਂ 2-4 ਸੀਟਾਂ ਅੱਗੇ ਮਿਲਦੀਆਂ ਵੀ ਨੇ ਪਾਰਲੀਮੈਂਟ ਦੀ ਦੇ ਵਿੱਚ ਤਾਂ ਬਿਲਕੁਲ ਹੀ ਨਹੀਂ ਮਿਲਣੀਆਂ ਹੈ, ਔਰ ਬਹੁਤ ਬੁਰਾ ਹਾਲ ਹੋਏਗਾ ਕਿਉਂਕਿ ਸਿੱਖਾਂ 'ਚ ਨਕਾਰੇਗੇ। ਔਰ ਇਹ ਗੱਲ ਵੀ ਉਹਨੇ ਇਸ ਸਟੇਟਮੈਂਟ ਦੇ ਵਿੱਚ ਕਹੀ ਕਿ ਹੀ ਸੈਡ ਇਟ ਇਜ਼ ਬੈਟਰ ਟੂ ਕੀਪ ਅਵਰ ਸੈਲਵਸ ਐਟ ਏ ਡਿਸਟੈਂਸ ਔਨ ਦਿਸ ਇਸ਼ੂ ਫਰੋਮ ਅਕਾਲੀ ਦਲ ਐਜ਼ ਵੀ ਡੋਂਟ ਵਾਂਟ ਟੂ ਹੈਵ ਐਨੀ ਓਪੋਜੀਸ਼ਨ ਫਰੋਮ ਸਿੱਖਸ ਡਿਊਰਿੰਗ ਦਾ ਕਮਿੰਗ ਇਲੈਕਸ਼ਨਸ ਇਨ 2019। 2019 ਦੀਆਂ ਚੋਣਾਂ ਦੇ ਵਿੱਚ ਅਸੀਂ ਨਹੀਂ ਚਾਹੁੰਦੇ ਵੀ ਸਿੱਖ ਸਾਡੇ ਵਿਰੁੱਧ ਹੋਣ, ਇਸ ਲਈ ਅਸੀਂ ਇਸ ਇਸ਼ੂ ਤੋਂ ਆਪਣੇ ਹੱਥ ਧੋਤੇ। ਸੋ ਜ਼ਾਹਰ ਹੈ ਵੀ ਕੁਛ ਨਾ ਕੁਛ ਐਸਾ ਚੱਲ ਰਿਹਾ ਕਿ ਜਿਹਦੇ 'ਚ ਕਿਉਂਕਿ ਬੀਜੇਪੀ ਦਾ ਕਿਹੜਾ ਬਾਦਲਾਂ ਦੇ ਨਾਲ ਜਿਹਨੂੰ ਕਹਿੰਦੇ ਨੇ ਪੰਜਾਬੀ 'ਚ ਵੀ ਕੰਮ ਪਿਆਰਾ ਚੰਮ ਪਿਆਰਾ ਨਹੀਂ, ਉਹਨਾਂ ਨੇ ਵਰਤ ਲਿਆ ਜਿੰਨਾ 50 ਸਾਲ ਇਸ ਖਾਕੀ ਨਿੱਕਰਧਾਰੀ ਨੂੰ ਜਿਵੇਂ ਉਹਨਾਂ ਨੇ ਵਰਤਿਆ ਸਿੱਖ ਇੰਸਟੀਟਿਊਸ਼ਨ ਸ਼੍ਰੋਮਣੀ ਕਮੇਟੀ ਅਕਾਲ ਤਖ਼ਤ ਸਿੱਖ ਪੋਲੀਟਿਕਸ ਈਵਨ ਅਕਾਲੀ ਦਲ ਇੰਨੀ ਗਲੋਰੀਅਸ ਹਿਸਟਰੀ ਵਾਲੀ ਪਾਰਟੀ ਸਭ ਕੰਟੀਨੈਂਟ ਦੇ ਵਿੱਚ ਕਾਂਗਰਸ ਤੋਂ ਬਾਅਦ ਸਭ ਤੋਂ ਪੁਰਾਣੀ ਪਾਰਟੀ ਹੈ। 1885 'ਚ ਕਾਂਗਰਸ ਉਹ ਵੀ ਗੋਰਿਆਂ ਦਾ ਇੱਕ ਸਰ ਹਿਊ ਰੋਜ਼ ਸੀ ਜਿਹਨੇ ਉਸ ਨੂੰ ਦੀ ਸਥਾਪਨਾ ਕੀਤੀ, ਪਰ ਅਕਾਲੀ ਦਲ ਸਭ ਤੋਂ ਪੁਰਾਣੀਆਂ ਪਾਰਟੀਆਂ 'ਚੋਂ 1920 'ਚ ਹੋਣ 'ਚ ਆਈ। ਔਰ ਜਿਹੜੀ ਜਿਹਦਾ ਇਜ਼ਹਾਰ ਹੈ ਵੀ ਏਜੰਡਾ ਪੰਥਕ ਏਜੰਡਾ ਸੀ, ਸਿੱਖੀ ਏਜੰਡਾ ਸੀ, ਲੇਕਿਨ ਜਿਵੇਂ ਮੋਗਾ ਅਜੀਤਵਾਲ 'ਚ ਮੀਟਿੰਗ ਕਰਕੇ
ਜਿਹੜਾ ਕਾਨਫਰੰਸ ਕਰਕੇ ਅਕਾਲੀਆਂ ਦੀ ਅਕਾਲੀ ਦਲ ਨੂੰ ਜਿਹੜਾ ਸੈਕੂਲਰ ਦੇ ਨਾਂ ਥੱਲੇ ਉਸ ਦੇ ਵਿੱਚ ਸਿੱਖ ਪਾਰਟੀ ਦਾ ਜਾਂ ਪੰਜਾਬ ਦਾ ਏਜੰਡਾ ਵੀ ਛੱਡਤਾ ਇਹਨਾਂ ਨੇ। ਔਰ ਤੁਸੀਂ ਇਹਨਾਂ ਦੀ ਕਾਰਗੁਜ਼ਾਰੀ ਦੇਖੋ ਕਿ ਇਸ ਹੱਦ ਤੱਕ ਅਨਕੰਡੀਸ਼ਨਲ ਸਪੋਰਟ ਰਾਦਰ ਪੰਜਾਬ ਨੂੰ ਵੇਚਣ ਦੇ ਬਾਵਜੂਦ ਵੀ ਜੇ ਹੁਣ ਹਿੰਦੂ ਤਵੀਆਂ ਨੂੰ ਲੱਗਦਾ ਕਿ ਇਹ ਸਾਡੇ ਕੰਮ ਦਾ ਨਹੀਂ ਹੈ ਜਾਂ ਇਹਦੇ ਰਾਹੀਂ ਅਸੀਂ ਹੁਣ ਸਿੱਖਾਂ ਨੂੰ ਉੱਲੂ ਨਹੀਂ ਬਣਾ ਸਕਦੇ, ਤਾਂ ਹੁਣ ਉਹਨਾਂ ਨੇ ਵੀ ਜਿਹੜੀ ਆ ਆਪਣੀ ਬਸਾਤ ਵਿਛਾ ਦਿੱਤੀ ਹੈ ਕਿ ਜੇ ਲੋੜ ਪਈ ਤੇ ਫਿਰ ਇਹਨਾਂ ਤੋਂ ਵੀ ਉਹ ਵਿੱਤ ਕਰਨ ਤੱਕ ਜਾਣਗੇ। ਔਰ ਦੂਸਰੇ ਪਾਸੇ ਜਿਹੜਾ ਵੱਡੀ ਹਿੰਦੂ ਤਵੀ ਕਰਾਊਡ ਨੂੰ ਜਾਂ ਉਹਨਾਂ ਦਾ ਜਿਹੜਾ ਹਿੰਦੂ ਤਵੀ ਏਜੰਡੇ ਜਿਵੇਂ ਜਿਹਨੂੰ ਉਹ ਇੰਪਲੀਮੈਂਟ ਕਰ ਰਹੇ ਨੇ 2019 ਦੀਆਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਆ, ਉਹ ਬਰਾਬਰ ਜਾਰੀ ਹੈ। ਅਸੀਂ ਦੇਖਦੇ ਹਾਂ ਕਿ ਕਿਵੇਂ ਇਲਾਹਾਬਾਦ ਦਾ ਨਾਂ ਪ੍ਰਯਾਗਰਾਜ ਹੋ ਗਿਆ ਔਰ ਉਹਦੇ 'ਤੇ ਸੋਸ਼ਲ ਮੀਡੀਆ 'ਤੇ ਕਾਫੀ ਕੁਛ ਚੱਲ ਰਿਹਾ ਸੀ। ਕਹਿੰਦੇ ਨੇ ਕਿ ਵੀ ਉਹਨਾਂ ਨੇ ਜਿਹੜਾ ਕਾਲ ਕਰਕੇ ਓਬਾਮਾ ਕਾਲ ਕਰ ਰਿਹਾ ਉਹਨੂੰ ਯੋਗੀ ਆਦਿੱਤਿਆਨਾਥ ਨੂੰ, ਅਤੇ ਯੋਗੀ ਆਦਿੱਤਿਆਨਾਥ ਕਹਿੰਦਾ ਮਿਸਟਰ ਓਬਾਮਾ ਨਾਓ ਯੂ ਆਰ ਸਦਾਮਾ, ਹੁਣ ਤੇਰਾ ਨਾਂ ਬਦਲ ਦਿੱਤਾ ਸੀ, ਹੁਣ ਤੂੰ ਸਾਡੇ ਨਾਲ ਗੱਲ ਕਰਦੇ ਹਾਂ, ਓਬਾਮਾ ਨਹੀਂ ਹੈ ਤੂੰ ਸਦਾਮਾ। ਫਿਰ ਸੋਸ਼ਲ ਮੀਡੀਆ 'ਤੇ ਜਿਹੜਾ ਇਹ ਵੀ ਹੈ ਚਰਚਾ ਕਿ ਹੁਣ ਸਮ੍ਰਿਤੀ ਇਰਾਨੀ ਨਹੀਂ ਹੈ, ਸਮ੍ਰਿਤੀ ਹਿੰਦੁਸਤਾਨੀ ਹੈ, ਉਹਦਾ ਨਾਂ ਵੀ ਬਦਲਿਆ ਵੀ ਕੋਈ ਇਰਾਨ ਨੂੰ। ਮੈਂ ਕਹਿੰਦਾ ਇਹ ਨਹੀਂ ਬਦਲਣਾ, ਇਹਨਾਂ ਨੇ ਅਜੇ ਇਰਾਨ ਤੋਂ ਇਹਨਾਂ ਨੂੰ ਆਇਲ ਚਾਹੀਦਾ, ਨਹੀਂ ਤਾਂ ਉਹਨੂੰ ਇਹਨਾਂ ਨੇ ਅਜੇ ਇਰਾਨੀ ਰਹਿਣ ਦੇਣਾ, ਜਦੋਂ ਆਇਲ ਨਾ ਮਿਲਿਆ ਹਾਂ ਫਿਰ ਉਹਨੂੰ ਹਿੰਦੁਸਤਾਨ ਬਣਾ ਦੇਣਾ। ਸੋ ਇਹ ਗੱਲ ਸਿਰਫ ਇੱਕ ਮਜ਼ਾਕ ਤੱਕ ਨਹੀਂ ਹੈ ਕਿ ਜੀ ਯੂਪੀ 'ਚ ਆਦਿੱਤਿਆਨਾਥ ਨੇ ਜਿਹੜਾ ਉਹ ਜਿਹੜਾ ਉਹਦਾ ਨਾਂ ਪਹਿਲਾਂ ਉਹਨੇ ਮੁਗਲ ਸਰਾਏ ਰੇਲਵੇ ਸਟੇਸ਼ਨ ਦਾ ਨਾਂ ਦੀਨ ਦਿਆਲ ਉਪਾਧਿਆਇ ਦੇ ਨਾਂ 'ਤੇ ਰੱਖਿਆ, ਹੁਣ ਇਹਦਾ ਨਾਂ। ਇਹ ਜਿਹੜੀ ਪੂਰੀ ਮੂਵਮੈਂਟ ਹੈ ਇਹ ਹਿਮਾਚਲ ਦੇ ਵਿੱਚ ਜਿੱਥੇ ਇੱਕ ਜ਼ਮਾਨਾ ਸੀ ਕਿ ਭਾਰਤ ਦੀਆਂ ਸਾਰੀਆਂ ਸਟੇਟਾਂ 'ਚੋਂ ਪਹਿਲੀ ਸਟੇਟ ਹਿਮਾਚਲ ਸੀ ਜਿਹਦੇ 'ਚ ਕਿ ਬੀਜੇਪੀ ਦੀ ਸਰਕਾਰ ਬਣੀ, ਸ਼ਾਂਤਾ ਕੁਮਾਰ ਚੀਫ ਮਿਨਿਸਟਰ ਬਣਿਆ ਸੀ, ਹੁਣ ਵੀ ਜਿਹੜਾ ਬੀਜੇਪੀ ਦੀ ਸਰਕਾਰ ਹੈ। ਔਰ ਤਿੰਨ ਪ੍ਰਮੁੱਖ ਸ਼ਹਿਰ ਖਾਸ ਤੌਰ 'ਤੇ ਜਿਹੜੀ ਜਿਹੜਾ ਸ਼ਿਮਲਾ ਹੈ, ਇਸ ਦੀ ਵੀ ਸਪੈਲਿੰਗ ਬਦਲੀ ਅੰਗਰੇਜ਼ਾਂ ਦੇ ਜ਼ਮਾਨੇ 'ਚ, ਇਸ ਨੂੰ ਸ਼ਿਮਲਾ SIMLA ਕਰਕੇ ਸਪੈਲ ਹੁੰਦਾ ਸੀ। ਫਿਰ ਇਹ ਜਦੋਂ ਅੱਜ ਤੋਂ ਕੁਛ ਸਾਲ ਪਹਿਲਾਂ ਉਹਨਾਂ ਨੇ ਕਿਹਾ ਜੀ ਨਹੀਂ ਇਹਦਾ ਉਹ ਤਾਂ ਸ਼ਿਮਲਾ ਉਹਨਾਂ ਲਈ ਸ਼ ਕਿਹਾ ਨਹੀਂ ਜਾਂਦਾ, ਇਸ ਲਈ SHIMLA ਹੈ, ਚਲੋ ਹੋ ਗਿਆ ਸ਼ਿਮਲਾ ਹੁਣ। ਔਰ ਇਹ 1864 ਦੇ ਵਿੱਚ ਸ਼ਿਮਲਾ ਇਕੱਲੀ ਪਹਿਲੇ ਪੰਜਾਬ ਵੇਲੇ ਕੋਈ ਇਹੀ ਨਹੀਂ ਕਿ ਹਿੱਲ ਸਟੇਸ਼ਨ ਸੀ, 1864 ਤੋਂ ਸ਼ਿਮਲਾ ਜਿਹੜਾ ਅੰਗਰੇਜ਼ਾਂ ਨੇ ਬਣਾਇਆ ਇੱਕ ਪਹਾੜੀ ਸੀ। ਔਰ ਉਸ ਤੋਂ ਪਹਿਲਾਂ ਇਹ ਜਦੋਂ ਈਵਨ ਸਿੱਖ ਰਾਜ ਇਹਦੇ ਐਗਜ਼ਿਸਟ ਕਰਦਾ ਸੀ 1849 ਤੱਕ, ਇਹ ਏਰੀਆ ਜਿਹੜਾ ਸ਼ਿਮਲਾ ਕਿਉਂਕਿ ਬੈਕ ਤੋਂ ਤਿੱਬਤ ਨੇਪਾਲ ਦੇ ਨਾਲ ਬਾਰਡਰ ਲੱਗਦਾ ਹੈ, ਨੇਪਾਲ ਦੇ ਅਮਰ ਸਿੰਘ ਥਾਪਾ ਦੇ ਕੋਲ ਸੀ ਜਿਹੜਾ ਕਿ ਗੋਰਖਿਆਂ ਤੋਂ ਲੈ ਕੇ ਇੱਥੇ ਅੰਗਰੇਜ਼ਾਂ ਨੇ ਆਪਣਾ ਜਿਹੜਾ ਉਸ ਨੂੰ ਡਿਵੈਲਪ ਕੀਤਾ, ਬਾਅਦ ਦੇ ਵਿੱਚ ਬੜਾ ਵੱਡਾ ਉਹਨੂੰ ਸ਼ਹਿਰ ਬਣਾ ਦਿੱਤਾ। ਔਰ ਉਸ ਜ਼ਮਾਨੇ 'ਚ ਵੀ ਕਿਉਂਕਿ ਅੰਗਰੇਜ਼ ਯੂਰਪ 'ਚ, ਯੂਰਪ ਸਾਰਾ ਹੀ ਇਹਨਾਂ ਨੂੰ ਗਰਮੀ ਤੋਂ ਬਹੁਤ ਡਰ ਲੱਗਦਾ, ਔਰ ਉੱਥੇ ਯੂਪੀ ਬਿਹਾਰ ਪੰਜਾਬ ਦੇ ਪਲੇਨਸ ਦੀ ਗਰਮੀ ਜਿਹੜੀ ਆ ਉਹ ਤਾਂ ਲੂਹ ਦੇਣ ਵਾਲੀ ਸੀ। ਸੋ ਇਹਨਾਂ ਨੇ ਬਹੁਤ ਸਾਰੇ ਹਿੱਲ ਸਟੇਸ਼ਨ ਬਣਾਏ, ਹਿੱਲ ਸਟੇਸ਼ਨ ਤਾਂ ਸੀ ਹੀ ਸੀ, ਪਰ ਇਹਨਾਂ ਨੂੰ ਲੱਗਿਆ ਕਿ ਵੀ ਗਰਮੀ ਦੇ ਮਹੀਨੇ ਕਿਉਂਕਿ 1857 ਦੀ ਪਲਾਸੀ ਦੀ ਲੜਾਈ ਤੋਂ ਬਾਅਦ ਈਸਟ ਇੰਡੀਆ ਕੰਪਨੀ ਨੇ ਆਪਣਾ ਹੈੱਡਕੁਆਰਟਰ ਕਲਕੱਤਾ 'ਚ ਬਣਾਇਆ, ਔਰ ਲੰਬਾ ਵਕਤ ਜਿਹੜੀ ਹੈ ਕਲਕੱਤਾ ਹੀ ਜਿਹੜੀ ਹੈ ਉਹ ਰਾਜਧਾਨੀ ਸੀ ਭਾਰਤ ਦੀ। 1931 ਦੇ ਵਿੱਚ ਉਹਨਾਂ ਨੇ, ਹਾਲਾਂ 1911 ਦੇ ਵਿੱਚ ਦਿੱਲੀ ਬਣ ਗਿਆ, ਲੇਕਿਨ 1931 'ਚ ਆਫੀਸ਼ੀਅਲੀ ਜਿਹੜੀ ਰਾਜਧਾਨੀ ਹੈ ਉਹ ਦਿੱਲੀ ਬਣਦੀ ਹੈ। ਲੇਕਿਨ 1864 ਤੋਂ ਸ਼ਿਮਲਾ ਸਮਰ ਕੈਪੀਟਲ ਸੀ ਇੰਡੀਆ ਦੀ। ਸਮਰ ਕੈਪੀਟਲ ਦਾ ਮਤਲਬ ਇਹ ਹੈ ਕਿ ਇਹ ਜਿਹੜੇ 3-4 ਮਹੀਨੇ ਸੀ ਮਈ ਜੂਨ ਜੁਲਾਈ, ਇਸ 'ਚ ਸਾਰਾ ਜਿਹੜਾ ਅੰਗਰੇਜ਼ੀ ਵਾਇਸ ਰਾਏ ਤੋਂ ਲੈ ਕੇ ਉਹਨਾਂ ਦਾ ਸਾਰਾ ਸੈਕਟਰੀਏਟ
ਦਫ਼ਤਰ ਸਾਰੇ ਬੰਦ ਉੱਥੇ ਹੋ ਜਾਂਦੇ ਸੀ ਕਲਕੱਤੇ, ਸਾਰੇ ਦੇ ਸਾਰੇ ਜਿਹੜੀ ਹੈ ਉਹਨਾਂ ਦੀ ਜਿਹੜੀ ਹੈ ਟਰਾਂਸਪੋਰਟੇਸ਼ਨ ਹੋ ਕੇ ਉਹ ਸ਼ਿਮਲੇ ਆ ਜਾਂਦੇ ਸੀ। ਸੋ 3 ਮਹੀਨੇ ਭਾਰਤ ਦੀ ਰਾਜਧਾਨੀ ਜਿਹੜੀ ਹੈ ਉਹ ਸ਼ਿਮਲਾ ਹੁੰਦੀ ਸੀ, ਜਿਵੇਂ ਹੁਣ ਵੀ ਜੰਮੂ ਕਸ਼ਮੀਰ ਦੇ ਵਿੱਚ ਹੈ, ਕਿਉਂਕਿ ਸ਼੍ਰੀਨਗਰ ਕਸ਼ਮੀਰ ਵਾਦੀ 'ਚ ਬਹੁਤ ਬਰਫ਼ ਪੈਂਦੀ ਹੈ ਔਰ ਜਦੋਂ ਸਰਦੀਆਂ ਹੁੰਦੀਆਂ ਨੇ ਉਦੋਂ ਜੰਮੂ ਕਸ਼ਮੀਰ ਦੀ ਰਾਜਧਾਨੀ ਜਿਹੜੀ ਹੈ ਉਹ ਜੰਮੂ ਹੁੰਦੀ। ਸੋ ਜ਼ਾਹਰਾ ਤੌਰ ਦੇ ਉੱਤੇ 1864 ਤੋਂ 1864 ਤੱਕ ਸ਼ਿਮਲਾ ਉਹਨਾਂ ਨੇ ਡਿਵੈਲਪ ਕਰ ਦਿੱਤਾ ਸੀ, ਇੱਕ ਪਹਾੜੀ ਨੂੰ ਕੱਟ ਕੇ ਉਸ ਦੇ ਉੱਤੇ ਸ਼ਹਿਰ ਬਣਾਇਆ। ਪਰ ਹੁਣ ਆਲ ਆਫ ਏ ਸਡਨ RSS ਵਿਸ਼ਵ ਹਿੰਦੂ ਪਰਿਸ਼ਦ ਇਹਨਾਂ ਨੂੰ ਲੱਗਦਾ ਕਿ ਇਹ ਜਿਹੜਾ ਸ਼ਿਮਲਾ ਹੈ ਇਹ ਤਾਂ ਸਾਡੀ ਦੇਵੀ ਸੀ ਸ਼ਿਮਲਾ, ਔਰ ਉਹਨਾਂ ਨੇ ਮੂਵ ਚਲਾਇਆ ਵਿਸ਼ਵ ਹਿੰਦੂ ਪਰਿਸ਼ਦ ਔਰ ਦੂਸਰਿਆਂ ਨੇ ਕਿ ਸ਼ਿਮਲੇ ਦਾ ਨਾਂ ਜਿਹੜਾ ਹੈ ਉਹ ਸ਼ਿਮਲਾ ਦੇਵੀ ਦੇ ਨਾਂ ਦੇ ਉੱਤੇ ਸ਼ਿਮਲਾ ਰੱਖ ਦਿਓ। ਔਰ ਇਸ ਆਪਣੇ ਆਰਗੂਮੈਂਟ ਨੂੰ ਉਹ ਜਿਹੜੇ ਨੇ ਇਸ ਦੇ ਨਾਲ ਕਹਿ ਰਹੇ ਨੇ, ਔਰ ਮੈਂ ਇਹ ਦੇਖ ਰਿਹਾ ਸੀ ਵੀ ਇਹ ਜਿਹੜੀ ਸਟੇਟਮੈਂਟ ਵਿਸ਼ਵ ਹਿੰਦੂ ਪਰਿਸ਼ਦ ਨੇ ਇਹ ਨਾਂ ਬਦਲਣ ਦੇ ਲਈ ਦਿੱਤੀ ਹੈ, ਕਾਸ਼ ਕਦੇ ਸਿੱਖਾਂ ਨੂੰ ਵੀ ਸਮਝ ਆਏ ਕਿ ਸਿੰਬੋਲਿਜ਼ਮ ਕੀ ਹੁੰਦਾ ਔਰ ਹਿੰਦੂ ਤੋਂ ਵੀ ਆਪਣੀ ਰਾਜਸੀ ਸ਼ਕਤੀ ਦਾ ਆਪਣੀ ਸਿਆਸੀ ਤਾਕਤ ਦਾ ਕਿਵੇਂ ਵਿਖਾੜਾ ਕਰ ਰਹੇ ਨੇ। ਉਹਦੇ 'ਚ ਉਹਨਾਂ ਦਾ ਜਿਹੜਾ ਸਟੇਟਮੈਂਟ ਹੈ ਵਿਸ਼ਵ ਹਿੰਦੂ ਪਰਿਸ਼ਦ ਦਾ ਸਟੇਟ ਪ੍ਰੈਜ਼ੀਡੈਂਟ ਅਮਨ ਪੁਰੀ ਉਹ ਕਹਿੰਦਾ, ਸਲੇਵਰੀ ਕੈਨ ਈਦਰ ਬੀ ਫਿਜ਼ੀਕਲ, ਮੈਂਟਲ ਔਰ ਕਲਚਰਲ, ਕਿ ਜਿਹੜੀ ਗੁਲਾਮੀ ਹੈ ਇਹ ਸਰੀਰਕ ਪੱਖੋਂ ਵੀ ਹੋ ਸਕਦੀ ਹੈ, ਕਿਸੇ ਨੇ ਤੁਹਾਨੂੰ ਸੰਗਲ ਪਾਏ ਹੋਏ ਨੇ, ਜੇਲ੍ਹਾਂ ਨੇ, ਟਾਡਾ ਪੋਟਾ ਕਾਨੂੰਨ ਤੁਹਾਡੇ ਲਈ ਨੇ, ਤੁਸੀਂ ਹੱਕ ਦੀ ਗੱਲ ਵੀ ਕਰੋ ਤੁਹਾਨੂੰ ਦੇਸ਼ ਧਰੋਹੀ ਬਣਾ ਦੇਣ, ਸੈਡੀਸ਼ਨ ਬਣਾ ਕੇ ਐਕਟ ਲਾ ਕੇ ਜੇਲ੍ਹ ਦੇ ਅੰਦਰ ਡੱਕ ਦੇਣ, ਇਹ ਫਿਜ਼ੀਕਲ ਹੈ। ਫਿਰ ਸਲੇਵਰੀ ਕੈਨ ਇਧਰ ਵੀ ਫਿਜ਼ੀਕਲ, ਮੈਂਟਲ, ਹੁਣ ਮੈਂਟਲ ਤੁਸੀਂ ਜਿਹੜੇ ਭਾਰਤ ਦੇ ਨਕਸ਼ੇ 'ਚ ਰਹਿਣ ਵਾਲੇ ਸਿੱਖ ਨੇ, ਇੱਥੇ ਸਾਨੂੰ ਬਾਹਰ ਲੱਗਦਾ ਵੀ ਇਹ ਇੱਥੇ ਟਿੱਕਾ ਲਾ ਕੇ ਮੌਲੀ ਦਾ ਧਾਗਾ ਬੰਨ੍ਹ ਕੇ ਮੰਦਰਾਂ 'ਚ ਘੰਟੀਆਂ ਵਜਾਉਂਦੇ ਫਿਰਦੇ ਨੇ, ਉੱਥੋਂ ਵਾਲਿਆਂ ਨੂੰ ਦੇਖੋ ਤਾਂ ਉਹਨੂੰ ਲੱਗਦਾ ਹੀ ਕੋਈ ਨਹੀਂ, ਕਿਉਂਕਿ ਉਹਨਾਂ ਦੀ ਜਿਹਨੂੰ ਸਬਲਾਈਮ ਕਹਿੰਦੇ ਨੇ ਉਹਨਾਂ ਦੀ ਸਬਕੌਨਸ਼ੀਅਸ ਟ੍ਰੇਨਿੰਗ ਇਹ ਹੋ ਗਈ ਜੀ ਰੱਬ ਤਾਂ ਸਭ ਥਾਂ 'ਤੇ, ਉਹਨਾਂ ਨੂੰ ਬੁੱਤ ਪ੍ਰਸਤੀ ਅਤੇ ਗੈਰ ਬੁੱਤ ਪ੍ਰਸਤੀ 'ਚ ਕੋਈ ਫਰਕ ਨਹੀਂ ਲੱਗਦਾ, ਉਹ ਟਿੱਕਾ ਵੀ ਲਾ ਲੈਣਗੇ, ਉਹਨਾਂ ਨੂੰ ਵਸ ਚੱਲੇ ਜੋ ਵੀ ਹੈ ਉਹਨਾਂ ਦੇ ਲਈ। ਔਰ ਤੁਸੀਂ ਦੇਖੋਗੇ, ਮੈਂ ਇਹ ਦੇਖ ਰਿਹਾ ਸੀ ਕਿ ਆ ਦੁਸਹਿਰੇ ਦੇ ਮੌਕੇ 'ਤੇ ਦਿੱਲੀ 'ਚ ਕਿ ਕਿਤੇ ਜਿਹੜੇ ਰਾਮ ਅਤੇ ਲਕਸ਼ਮਣ ਨੇ ਬਣਾਏ ਹੋਏ ਪੂਰੇ ਛੋਕਰੇ, ਇੱਕ 13-14 ਸਾਲਾਂ ਦਾ, ਇੱਕ 10 ਸਾਲ ਦਾ, ਉਹ ਪੂਰੇ ਕੀਤੇ ਨੇ, ਉਹ ਗਾਤਰੇ ਵਾਲੀ ਕਿਰਪਾਨਾਂ ਪਵਾਈਆਂ ਹੋਈਆਂ ਉਹਨਾਂ ਨੂੰ ਦੇਖੋ। ਔਰ ਹਾਲਾਂਕਿ ਦਿੱਲੀ 'ਚ ਤਾਂ ਸਿੱਖ ਨੌਜਵਾਨ ਪਹੁੰਚ ਗਏ, ਉਹਨਾਂ ਨੇ ਕਿਹਾ ਇਹ ਲਾਓ ਇਹ ਪੰਚਕਾਰੀ ਨਹੀਂ ਹੈ, ਲੇਕਿਨ ਉਹ ਜਦੋਂ ਗੁਜ਼ਰ ਰਹੇ ਨੇ ਤੇ ਕਈ ਸਿੱਖ ਜੋੜੇ ਵੀ ਜਿਹੜੇ ਨੇ ਬੱਚਿਆਂ ਨਾਲ ਉਹ ਅੱਗੇ ਕਰਕੇ ਉਹਨਾਂ ਨੂੰ ਮੱਥਾ ਟਿਕਾ ਰਹੇ ਨੇ ਕਿ ਰਾਮਚੰਦਰ ਆਸ਼ੀਰਵਾਦ ਦੇ ਰਿਹਾ ਦੂਜਾ, ਇਹ ਮੈਂਟਲ ਸਲੇਵਰੀ ਹੈ। ਜਿਹੜੇ ਕਲਚਰ ਡੋਮੀਨੇਟ ਕਰਦੇ ਨੇ ਉਹਨਾਂ ਦੇ ਵਿੱਚ ਆਟੋਮੈਟਿਕਲੀ ਦੂਜਿਆਂ ਨੂੰ ਇਹ ਲੱਗਣ ਲੱਗ ਜਾਂਦਾ ਕਿ ਵੀ ਇਹ ਹੈ ਹੀ ਨਹੀਂ, ਉਹਨਾਂ ਦੇ ਲਈ ਉਹੀ ਉਹਨਾਂ ਦਾ ਹਿੱਸਾ ਬਣਦਾ, ਜਿਵੇਂ ਇੱਥੇ ਵੀ ਹੈ। ਇੱਥੇ ਹੁਣ ਕਿਹੜੇ ਕਾਰਜ ਕ੍ਰਿਸਮਸ ਟ੍ਰੀ ਨਹੀਂ ਹੁੰਦਾ, ਤੁਸੀਂ ਜਾ ਕੇ ਦੇਖੋਗੇ ਉਹ ਕਹਿਣਗੇ ਜੀ ਦੇਖੋ ਅਸੀਂ ਤਾਂ ਨਹੀਂ ਹੁਣ ਬੱਚੇ ਚਾਹੁੰਦੇ ਨੇ। ਇਹ ਹੈ ਡੋਮੀਨੇਟ ਕਲਚਰ ਕਿ ਵੀ ਬਹੁਤ ਸਾਰੇ ਜਿੱਥੇ ਤੁਹਾਡਾ ਤੁਹਾਡੀ ਤਹਿਜ਼ੀਬ ਹੁੰਦੀ ਹੈ, ਤੁਹਾਡੀ ਬਹੁਤ ਗਿਣਤੀ ਹੁੰਦੀ ਹੈ, ਉਹਨਾਂ ਦੇ ਤਿਉਹਾਰ ਹੀ ਤੁਹਾਡੇ ਤਿਉਹਾਰ ਬਣ ਜਾਂਦੇ ਨੇ, ਉਹਨਾਂ ਦਾ ਰਹਿਣ ਸਹਿਣ ਤੁਹਾਡਾ ਰਹਿਣ ਸਹਿਣ ਬਣ ਜਾਂਦਾ, ਈਵਨ ਪਹਿਰਾਵੇ ਨੂੰ ਲਾ ਕੇ ਲੈ ਕੇ ਹੈ। ਹੁਣ ਕੋਈ ਸਾੜੀ ਸਿੱਖ ਪਹਿਰਾਵਾ ਨਹੀਂ, ਲੇਕਿਨ 84 ਤੋਂ ਬਾਅਦ ਫਰਕ ਪੈ ਗਿਆ ਸੀ। ਹੁਣ ਮੈਂ ਫਿਰ ਦੇਖ ਰਿਹਾ ਕਿ ਵੀ ਜਿਉਂ ਜਿਉਂ ਹਿੰਦੂਤਵਾ ਦਾ ਜ਼ੋਰ ਪੈ ਰਿਹਾ, ਆਹ ਹੁਣ ਮਨਮੋਹਨ ਸਿੰਘ, ਹਾਲਾਂਕਿ ਇਸ ਗੱਲ ਨੂੰ 10 ਸਾਲ ਉਹ ਫਸਟ ਲੇਡੀ ਰਹੇ, ਪ੍ਰਾਈਮ ਮਿਨਿਸਟਰ ਦੀ ਵਾਈਫ ਹੋਣ ਕਰਕੇ ਦੁਨੀਆ ਕਿਤੇ ਉਹ ਪੰਜਾਬੀ ਸੂਟ ਪਾ ਕੇ ਨਹੀਂ, ਉਹਨੇ ਕਿਸੇ ਵੀ ਥਾਂ 'ਤੇ ਉਹ ਸਾੜੀ ਬਣ, ਹਾਲਾਂ ਅਦਰਵਾਈਜ਼ ਭਲੀ ਔਰਤ ਕਿ ਜੀ ਸੁਖਮਣੀ ਸਾਹਿਬ ਰੋਜ਼ ਕਰਦੀ ਹੈ, ਉਹ ਫਲਾਣਾ ਹੁੰਦਾ, ਪਰ ਤੁਸੀਂ ਕਿਉਂਕਿ ਰਿਪ੍ਰੈਜੈਂਟ ਉਸ ਤਹਿਜ਼ੀਬ ਨੂੰ, ਤੁਸੀਂ ਉਹਨਾਂ ਨੂੰ ਇਹ ਮੈਸੇਜ ਨਹੀਂ ਦੇਣਾ ਚਾਹੁੰਦੇ ਕਿ ਜੀ ਅਸੀਂ ਤੁਹਾਡੀ ਤਹਿਜ਼ੀਬ ਨਾਲ, ਉਹ ਵੱਖਰੇ, ਉਹਦੇ ਨਾਲ ਤੁਸੀਂ ਉਸ ਕਲਚਰ ਨੂੰ ਜੋੜਿਆ ਹੋਇਆ।
ਔਰ ਤੁਸੀਂ ਵੱਡੀ ਗਿਣਤੀ ਦੇ ਵਿੱਚ ਦੇਖੋਗੇ ਕਿ ਇਹੋ ਜਿਹਾ ਹੀ ਜਿਹੜਾ ਪਹਿਰਾਵਾ ਜਿਹੜਾ ਕਿ ਉੱਥੇ ਐਕਸੈਪਟੇਬਲ ਹੈ ਉਹੀ ਹਾਲ ਬਾਕੀ ਚੀਜ਼ਾਂ ਨੂੰ ਲੈ ਕੇ ਹੈ ਜਿਹੜਾ ਸਿੱਖਾਂ ਨੂੰ ਲੱਗਦਾ ਹੀ ਨਹੀਂ ਹੈ ਕਿ ਵੀ ਅਸੀਂ ਕੋਈ ਵਾਇਓਲੇਟ ਕਰ ਰਹੇ ਹਾਂ ਕਿਸੇ ਨੂੰ ਔਰ ਤੀਜੀ ਗੱਲ ਉਹਨੇ ਕਹੀ ਕਲਚਰਲ ਇਹੀ ਹੈ ਤਹਿਜ਼ੀਬੀ ਕਿ ਤਹਿਜ਼ੀਬ ਤੁਹਾਡੀ ਉਹਨਾਂ ਨੇ ਬਦਲ ਕੇ ਰੱਖ ਦਿੱਤੀ ਹੈ ਪਹਿਰਾਵਾ ਤੁਹਾਡਾ ਬਦਲ ਦਿੱਤਾ ਹੈ ਤੁਹਾਡੀ ਜ਼ਬਾਨ ਬਦਲ ਦਿੱਤੀ ਹੈ ਤੁਹਾਡੇ ਸਿਰ 'ਤੇ ਪੱਗ ਜ਼ਰੂਰ ਹੋਏਗੀ ਬਹੁਤ ਸਾਰੇ ਜਿਹੜੇ ਨੇ ਪਰ ਜਦੋਂ ਤੁਸੀਂ ਉਹਨਾਂ ਨਾਲ ਗੱਲ ਕਰਦੇ ਹੋ ਤੁਹਾਨੂੰ ਲੱਗਦਾ ਕਿ ਵੀ ਤੁਸੀਂ ਪਾਸੇ ਮੋੜ ਕੇ ਦੇਖੋ ਤੁਹਾਨੂੰ ਲੱਗਦਾ ਵੀ ਕਿਸੇ ਸ਼ੁੱਧ ਹਿੰਦੂ ਨਾਲ ਗੱਲ ਕਰ ਰਹੇ ਹੋ ਤੁਸੀਂ ਸਿੱਖ ਨਾਲ ਕਰ ਰਹੇ ਹੋ ਉਹਨਾਂ ਦੇ ਅੰਦਰੋਂ ਕਰੰਟ ਸਿੱਖੀ ਦਾ ਮਤਲਬ ਹੀ ਚੈਲੰਜ ਹੈ ਗਲਤ ਨੂੰ ਦੇਖ ਕੇ ਖਲੋ ਜਾਂਦਾ ਸੀ ਸਿੱਖ ਕਿਸੇ ਨਾਲ ਹੋਏ ਗਲਤੀ ਹਿੰਦੂ ਮੁਸਲਮਾਨ ਕੋਈ ਇਹੀ ਸਿੱਖ ਦੀ ਬਿਊਟੀ ਅੱਜ ਜੇ ਮੁਸਲਮਾਨਾਂ ਦੇ ਖਿਲਾਫ ਕੋਈ ਗੱਲ ਹੈ ਉਹਨਾਂ ਨੇ ਦੋ ਚਾਰ ਉੱਦਾਂ ਦੇ ਬਾਂਦਰ ਰੱਖੇ ਹੁੰਦੇ ਨੇ ਉਹਨਾਂ ਨੂੰ ਖੜੇ ਕਰ ਦਿੰਦੇ ਨੇ ਕੋਈ ਬਿੱਟਾ ਕੱਢ ਲੈਂਦੇ ਨੇ ਕੋਈ ਹੋਰ ਕੱਢ ਲੈਂਦੇ ਨੇ ਪਾਕਿਸਤਾਨ ਅੰਬੈਸੀ ਦੇ ਬਾਹਰ ਲਗਾਉਣਾ ਜਾਂ ਵਾਹਗਾ ਬਾਰਡਰ 'ਤੇ ਕਰਾਉਣਾ ਲੇਕਿਨ ਹਾਲਾਂ ਸਿੱਖ ਕਰੈਕਟਰ ਤਾਂ ਜਦੋਂ ਸਾਡੀਆਂ ਜਿਹੜੀਆਂ ਹਿਊਮਨ ਡਿਵੈਲਪਮੈਂਟ ਆਰਗਨਾਈਜੇਸ਼ਨਸ ਨੇ ਜਾਂ ਮਨੁੱਖੀ ਹੱਕਾਂ ਵਾਲੀਆਂ ਨੇ ਉਹ ਜਾ ਕੇ ਜਦੋਂ ਉਹੀ ਸੇਵਾ ਦਾ ਪੱਖ ਜਾ ਕੇ ਉਹ ਰੋਹਿੰਗੀਆ ਮੁਸਲਮਾਨਾਂ ਨੂੰ ਦਿੰਦੇ ਨੇ ਫਿਰ ਤੁਸੀਂ ਹਿੰਦੂ ਤਵੀਆਂ ਦੇ ਥੱਲੇ ਕਮੈਂਟ ਪੜ੍ਹੋ ਕਿ ਵੀ ਇਹ ਸਭ ਰਲੇ ਹੋਏ ਨੇ ਇਹ ਤਾਂ ISI ਦੇ ਏਜੰਟ ਨੇ ਜਿਹੜੇ ਜਿਹਨਾਂ ਮੁਸਲਮਾਨਾਂ ਨੂੰ ਅਸੀਂ ਮਾਰ ਕੇ ਕੱਢ ਰਹੇ ਹਾਂ ਇਹਨਾਂ ਨੂੰ ਰੋਟੀਆਂ ਖਵਾ ਰਹੇ ਨੇ ਸੋ ਜ਼ਾਹਰ ਹੈ ਵੀ ਤਹਿਜ਼ੀਬ ਵੱਖਰੀ ਹੈ ਇਹਨਾਂ ਦੀ ਤਹਿਜ਼ੀਬ ਦੇ ਵਿੱਚ ਨਫ਼ਰਤ ਹੈ ਇਹ ਉਹਨਾਂ ਦੇ ਹੱਥ ਦਾ ਛੋਇਆ ਪਾਣੀ ਨਹੀਂ ਸਾਡੀ ਤਹਿਜ਼ੀਬ ਸਰਬੱਤ ਦਾ ਪਲ ਹੈ ਅਸੀਂ ਹਿੰਦੂਆਂ ਨਾਲ ਵੀ ਨਫ਼ਰਤ ਨਹੀਂ ਕਰਦੇ ਕਈ ਵਾਰੀ ਕਈ ਜਿਹੜੇ ਨੇ ਉਹਨਾਂ ਦੇ ਵਿਖੇ ਹੋਏ ਲੋਕ ਕਹਿਣਗੇ ਜੀ ਹਿੰਦੂਆਂ ਅਸੀਂ ਕਿਸੇ ਧਰਮ ਦੇ ਖਿਲਾਫ਼ ਨਹੀਂ ਹੈ ਸਾਡੀ ਲੜਾਈ ਇੰਡੀਅਨ ਸਟੇਟ ਦੇ ਖਿਲਾਫ਼ ਹੈ ਉਹ ਵੀ ਆਪਣੇ ਹੱਕਾਂ ਲਈ ਹੈ ਜਿੱਦਣ ਸਾਡਾ ਦਰਿਆਏ ਜਮਨਾ ਤੋਂ ਵਾਹਗਾ ਤੱਕ ਸਾਡਾ ਆਪਣਾ ਮੁਲਕ ਹੋਏਗਾ ਅਸੀਂ ਚੰਗੇ ਨੇ ਜਮਨਾ ਪਾਰ ਰਹਿਣ ਆਪਣੇ ਜਾ ਕੇ ਜਿਹੜੀ ਇਹਨਾਂ ਦੀ ਗੰਗਾ ਜਮਨਾ ਤਹਿਜ਼ੀਬ ਹੈ ਅਸੀਂ ਦੋਨਾਂ ਦੇ ਨਾਲ ਹੀ ਇੱਧਰ ਪਾਕਿਸਤਾਨ ਦੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਬੇਸ਼ੱਕ ਪਾਸਟ ਦੇ ਵਿੱਚ ਹਿਸਟਰੀ ਦੇ ਆਪਣੇ ਕੁਛ ਪਾਰਟ ਨੇ ਉਹ ਇਹਨਾਂ ਦੇ ਨਾਲ ਵੀ ਨੇ ਇਹਨਾਂ ਨੇ ਕਿਹੜੀ ਘੱਟ ਕੀਤੀ ਹੈ ਇਹਨਾਂ ਦਾ ਮੁਗਲਾਂ ਔਰ ਅਫਗਾਨਾਂ ਨੂੰ ਪਿੱਛੇ ਛੱਡ ਦਿੱਤਾ ਇਹਨਾਂ ਦੇ ਜ਼ੁਰਮਾਂ ਨੇ ਲੇਕਿਨ ਫਿਰ ਵੀ ਅਸੀਂ ਜਿਹੜਾ ਹੈ ਉਹ ਅਮਨ ਦੇ ਵਿੱਚ ਯਕੀਨ ਰੱਖਦੇ ਹਾਂ ਅਸੀਂ ਆਪਸੀ ਸਹਿਚਾਰ ਦੇ ਵਿੱਚ ਯਕੀਨ ਰੱਖਦੇ ਹਾਂ ਪਰ ਇਹਨਾਂ ਨੇ ਇਸ ਪਾਰਟ ਨੂੰ ਜਿਹੜਾ ਉਹ ਇਹ ਕਹਿੰਦੇ ਨੇ ਕਿ ਜੀ ਚੇਂਜਿੰਗ ਨੇਮਸ ਆਫ ਟਾਊਨ ਇਜ਼ ਸਮਾਲ ਬਟ ਸਿਗਨੀਫੀਕੈਂਟ ਸਟੈਪ ਇਹ ਹੈ ਜਿਹੜਾ ਹਿੰਦੂ ਤਵੀ ਸਮਝਦੇ ਨੇ ਗੱਲ ਇਹ ਨਹੀਂ ਹੈ ਵੀ ਤੁਸੀਂ ਸ਼ਿਮਲਾ ਕਿਹਾ ਕਿ ਸ਼ਾਮਲਾ ਕਿਹਾ ਇਲਾਹਾਬਾਦ ਕਿਹਾ ਕਿ ਪ੍ਰਯਾਗਰਾਜ ਕਿਹਾ ਹੁਣ ਜਦੋਂ ਕੋਈ ਨਵਾਂ ਰਾਜ ਆਉਂਦਾ ਸੀ ਉਹ ਪਹਿਲਾਂ ਕੰਮ ਕੀ ਕਰਦੇ ਸੀ ਸਿੱਕਾ ਆਪਣਾ ਚਲਾਉਂਦੇ ਸੀ ਪਿਛਲੇ ਸਿੱਕੇ ਖਤਮ ਅੰਗਰੇਜ਼ਾਂ ਨੇ ਮੈਂ ਕਿਤੇ ਪੜ੍ਹ ਰਿਹਾ ਸੀ ਜਦੋਂ ਸਿੱਖ ਰਾਜ ਹੜੱਪਿਆ ਉਹਨਾਂ ਨੇ 2 ਸਾਲ ਲੱਖਾਂ ਦੀ ਕਿਉਂਕਿ ਸਿੱਖ ਰਾਜ ਵੇਲੇ ਚਾਂਦੀ ਦੇ ਰੁਪਈਏ ਸੀ ਸਿੱਖ ਰਾਜ ਦੀ ਮੋਹਰ ਸੀ ਦੇਗੋ ਤੇਗੋ ਫਤਿਹ ਲੱਗਿਆ ਹੁਣ 9 ਟਨਾਂ ਦੇ ਟਨ ਚਾਂਦੀ ਦੇ ਸਿੱਕੇ ਉਹ ਉਹਨਾਂ ਨੇ ਸਾਰੇ ਵਾਪਸ ਮੰਗਵਾਏ ਉਹਨਾਂ ਨੂੰ ਦੁਬਾਰਾ ਢਾਲਿਆ ਅਤੇ ਫਿਰ ਉਹ ਰਾਣੀ ਵਿਕਟੋਰੀਆ ਵਾਲੇ ਤੋਂ ਬਾਅਦ ਦੇ ਉਹ ਸਿੱਕੇ ਚਾਲੂ ਕੀਤੇ ਅਤੇ ਜ਼ਾਹਰ ਹੁੰਦਾ ਕਿ ਵੀ ਤੁਹਾਡਾ ਜਦੋਂ ਤੁਸੀਂ ਝੰਡੇ ਦੀ ਗੱਲ ਕਰਦੇ ਹੋ ਤੁਹਾਡਾ ਝੰਡਾ ਲੱਗਾ ਤੁਹਾਡਾ ਸਿੱਕਾ ਚੱਲਦਾ ਹੈ ਤੁਹਾਡਾ ਪਹਿਰਾਵਾ ਹੈ ਅਤੇ ਇਹ ਹੁਣ ਮੈਸੇਜ ਇਹ ਦੇ ਰਹੇ ਨੇ ਕਿ ਵੀ ਬੀਤੇ ਦਾ ਖਤਮ ਹੋ ਗਿਆ ਸਾਰਿਆਂ ਦਾ ਪਾਠ ਇਹ ਹੁਣ ਹਿੰਦੂਤਵਾ ਦਾ ਰਾਜ ਹੈ ਹੁਣ ਅਸੀਂ ਸਾਡੇ ਜਿਹੜੇ ਦੇਵੀਆਂ ਦੇਵਤਿਆਂ ਦੇ ਨਾਵਾਂ ਦੇ ਉੱਤੇ ਸ਼ਹਿਰ ਹੋਣਗੇ ਆਲਰੇਡੀ ਦਿੱਲੀ ਏਅਰਪੋਰਟ ਵੀ ਉੱਥੇ ਇੰਦਰਾ ਗਾਂਧੀ ਨਾਲ ਉਹਦਾ ਕੀ ਲਾਗਾ ਦੇ ਗਿਆ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਪੰਜਾਬ ਦਾ ਪਾਣੀ ਤੁਸੀਂ ਲੁੱਟ ਕੇ ਲਿਜਾ ਰਹੇ ਹੋ ਰਾਜਸਥਾਨ ਨੂੰ ਦੇ ਰਹੇ ਹੋ ਉਹਦੇ ਜ਼ਿਆਦਾ ਮੁਫ਼ਤ ਉਸ ਨਹਿਰ ਦਾ ਨਾਂ ਰਾਜਸਥਾਨ ਨਹਿਰ ਸੀ ਉਹਦਾ ਨਾਂ ਇੰਦਰਾ ਗਾਂਧੀ ਕੈਨਾਲ ਹੁਣ ਇਹ ਜ਼ਖਮਾਂ ਦੇ ਉੱਤੇ ਮਲਮ ਛਿਟਕਣਾ ਹੁਣ ਇਹ ਉਹ ਕਹਿੰਦੇ ਨੇ ਜੀ ਸ਼ਿਮਲੇ ਨੂੰ ਬਣਾ ਦਿਓ ਸ਼ਿਮਲਾ ਦੇਵੀ ਦੇ ਨਾਂ 'ਤੇ ਫਿਰ ਡਲਹੌਜ਼ੀ ਦੇ ਉੱਤੇ ਆ ਗਏ ਉਹਨੇ ਕਿਹਾ ਜੀ ਇਹ ਜਿਹੜਾ ਦਾ ਵਿਸ਼ਵ ਹਿੰਦੂ ਪਰਿਸ਼ਦ ਹੈ ਇਜ਼ ਆਲਸੋ ਬੀਨ ਸੀਕਿੰਗ ਦਾ ਸਟੇਟ ਟੂਰਿਜ਼ਮ ਡਿਪਾਰਟਮੈਂਟ ਰਨ ਹੋਟਲ ਇਹ ਪੀਟਰ ਹਾਫ ਟੂ ਬੀ ਨੇਮਡ ਆਫਟਰ ਸੇਜ ਵਾਲਮਿਕੀ ਔਥਰ ਆਫ ਐਪਿਕ ਰਾਮਾਇਣ
ਹੁਣ ਪੀਟਰ ਆਫ ਹੋਏਗਾ ਜਿਹਨੇ ਹੋਟਲ ਬਣਾਇਆ ਜੀ। ਵਾਲਮੀਕਿ ਜੀ ਬਹੁਤ ਵੱਡੇ ਰਿਸ਼ੀ ਨੇ, ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ। ਕੋਈ ਜਿਹੜੀ ਉਹਨਾਂ ਦੇ ਨਾਲ ਜੁੜੀ ਹੋਈ ਥਾਂ ਹੈ ਉੱਥੇ ਤੁਸੀਂ ਉਹਨਾਂ ਦਾ ਕੋਈ ਬਣਾਓ ਜੀ। ਹੁਣ ਤੁਸੀਂ ਇੱਕ ਹੋਟਲ ਦਾ ਨਾਂ ਜਿਹੜਾ ਉਹ ਵਾਲਮੀਕਿ ਜੀ ਦੇ ਨਾਂ 'ਤੇ, ਉਹ ਤਾਂ ਫਕੀਰ ਜੰਗਲਾਂ 'ਚ ਰਹਿਣ ਵਾਲੇ। ਸੋ ਇਹ ਵੀ ਪਰ ਗੱਲ ਇਹ ਹੈ ਕਿ ਉਹ ਇਹ ਮੈਸੇਜ ਦੇ ਰਹੇ ਨੇ ਕਿ ਅਸੀਂ ਜਿਹੜਾ ਪੁਰਾਣੀ ਲੈਗੇਸੀ ਨੂੰ ਖਤਮ ਕਰ ਰਹੇ ਹਾਂ। ਫਿਰ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਇਟ ਹੈਜ਼ ਆਲਸੋ ਬੀਨ ਡਿਮਾਂਡਿੰਗ ਡਲਹੌਜ਼ੀ ਬੀ ਰੀਨੇਮਡ ਆਫਟਰ ਫੇਮਸ ਰੈਵੋਲਿਊਸ਼ਨਰੀ ਲੀਡਰ ਸੁਭਾਸ਼ ਚੰਦਰ ਬੋਸ। ਹੁਣ ਸੁਭਾਸ਼ ਚੰਦਰ ਬੋਸ ਦਾ ਡਲਹੌਜ਼ੀ ਨਾਲ ਲਾਰਡ ਡਲਹੌਜ਼ੀ ਸੀ, ਪਰ ਉਹ ਡਲਹੌਜ਼ੀ ਹੈ ਜਿਹਨੇ ਪੰਜਾਬ ਵੀ ਹੜੱਪਿਆ। ਲੇਕਿਨ ਇਹਦੇ ਬਾਵਜੂਦ ਜੇ ਇੱਕ ਸ਼ਹਿਰ ਬਣਾਇਆ ਹੀ ਉਹਨਾਂ ਨੇ, ਔਰ ਇਹ ਪਾਕਿਸਤਾਨ 'ਚ ਵੀ ਇਹ ਡਿਬੇਟ ਹੈ। ਹੁਣ ਉਹਨਾਂ ਨੇ ਲਾਇਲਪੁਰ, ਹੁਣ ਉੱਥੋਂ ਦਾ ਕਮਿਸ਼ਨਰ ਸੀ ਲਾਇਲ ਜਿਹਨੇ ਉਹ ਸ਼ਹਿਰ ਬਣਾਇਆ, ਔਰ ਬੜਾ ਔਰਗਨਾਈਜ਼ਡ ਆਰਕੀਟੈਕਟ ਔਰ ਦੂਜਾ ਤੀਜਾ ਸੀ ਉਹਦਾ ਨਾਂ, ਉਹ ਸਾਊਦੀ ਅਰੇਬੀਆ ਦਾ ਕਿੰਗ ਫੈਸਲ ਸੀ, ਉਹਨੇ ਪੈਸੇ ਉਹਦਾ ਨਾਂ ਫੈਸਲਾਬਾਦ ਰੱਖਤਾ। ਉੱਥੇ ਐਸੇ ਦੋ ਤਿੰਨ ਇੰਟੈਲੈਕਚੁਅਲ ਨੇ ਜਿਹੜੇ ਮੰਨਦੇ ਹੀ ਨਹੀਂ ਹੈ, ਜਿਹੜੇ ਉਹ ਕਹਿੰਦੇ ਨੇ ਅਸੀਂ ਕਿਉਂ ਕਹੀਏ ਫੈਸਲਾਬਾਦ। ਜੇ ਕਿੰਗ ਫੈਸ ਕੋਈ ਖਾਲੀ ਥਾਂ ਲੈ ਕੇ ਫੈਸਲ ਉੱਥੇ ਜਿਹੜਾ ਉਹ ਆਪਣੀ ਇਨਵੈਸਟਮੈਂਟ ਕਰਕੇ ਬਣਾ ਦੇ, ਉਹਦਾ ਨਾਂ ਰੱਖੋ ਵੀ ਜੇ ਬਣਾਇਆ ਲਾਇਲ ਨੇ ਹੈ ਤੇ ਲੈਟ ਇਟ ਬੀ ਲਾਇਲਪੁਰ। ਤੁਹਾਡਾ ਉਹਦੇ ਨਾਲ ਕੀ ਤਾਲੁਕ ਹੈ ਕਿ ਵੀ ਤੁਸੀਂ ਨਾਂ ਬਦਲਣਾ ਹੈ? ਹੁਣ ਡਲਹੌਜ਼ੀ ਲਾਰਡ ਡਲਹੌਜ਼ੀ ਦੇ ਨਾਂ 'ਤੇ, ਹੁਣ ਇਹਨਾਂ ਨੂੰ ਸੁਭਾਸ਼ ਚੰਦਰ ਬੋਸ ਉੱਥੇ ਯਾਦ ਆ ਗਿਆ, ਉਹ ਕੋਈ ਡਲਹੌਜ਼ੀ 'ਚ ਤਾਂ ਨਹੀਂ ਜੰਮਿਆ ਨਾ ਹੀ ਉੱਥੇ ਉਹ ਆਇਆ। ਹਾਂ, ਡਲਹੌਜ਼ੀ ਅਜੀਤ ਸਿੰਘ ਭਗਤ ਸਿੰਘ ਦਾ ਚਾਚਾ ਜਿਹਨੇ ਪਗੜੀ ਸੰਭਾਲ ਹੋਈ ਜੱਟਾਂ ਮੂਵਮੈਂਟ ਲੀਡ ਕੀਤੀ, ਦੂਜਾ ਉਹਦੀ ਡੈਥ 15 ਅਗਸਤ 1947 ਨੂੰ ਡਲਹੌਜ਼ੀ 'ਚ ਹੀ ਹੋਈ। ਮੈਂ ਉਹ ਥਾਂ ਵੀ ਦੇਖੀ ਹੈ ਜਿਸ ਥਾਂ ਦੇ ਉੱਤੇ ਜਦੋਂ ਉਹਨਾਂ ਦੀ ਮੌਤ ਹੁੰਦੀ ਹੈ ਉੱਥੇ ਹੈ ਹਾਲਾਂ। ਪਰ ਮੈਂ ਇਹ ਵੀ ਨਹੀਂ ਫੇਵਰ ਕਰਾਂਗਾ ਕਿ ਇਸ ਅਜੀਤ ਸਿੰਘ ਦੇ ਨਾਂ 'ਤੇ ਡਲਹੌਜ਼ੀ ਦਾ ਨਾਂ ਰੱਖੋ, ਕੋਈ ਹੋਰ ਮੈਮੋਰੀਅਲ ਬਣਾ ਦਿਓ, ਲਾਇਬ੍ਰੇਰੀ ਬਣਾ ਦਿਓ, ਕੋਈ ਹੋਰ ਕਰ ਲਓ। ਲੇਕਿਨ ਹੁਣ ਤੀਸਰਾ ਨੂਰਪੁਰ, ਨੂਰਪੁਰ ਨੂੰ ਯਾਦ ਆਉਂਦਾ ਹੀ ਮੈਨੂੰ, ਕਿਉਂਕਿ ਜਦੋਂ ਤੁਸੀਂ ਪਹਾੜਾਂ 'ਚ ਜਾਂਦੇ ਹੋ, ਕਿਉਂਕਿ ਮੈਂ ਇਹ ਸਾਰੇ 'ਚ ਬਚਪਨ ਵੀ ਗੁਜ਼ਾਰਿਆ, ਇਹ ਸਾਰੀਆਂ ਇਹਨਾਂ ਵੈਲੀਜ਼ ਦੇ ਵਿੱਚ ਬੱਸਾਂ 'ਚ ਵੀ ਆਉਣ ਜਾਣ ਸੀ। ਜਦੋਂ ਤੁਸੀਂ ਪੰਜਾਬ ਤੋਂ ਚੱਕੀ ਦਾ ਪੁੱਲ ਕ੍ਰੋਸ ਕਰਦੇ ਹੋ, ਚੱਕੀ ਬਾਰਡਰ ਹੈ ਪੰਜਾਬ ਔਰ ਹਿਮਾਚਲ ਦਾ, ਅਤੇ ਇੱਕ ਛੋਟਾ ਜਿਹਾ ਟਾਊਨ ਹੈ ਉੱਥੋਂ ਪਠਾਨਕੋਟ ਤੋਂ, ਮੇਰੇ ਖਿਆਲ ਹੈ 15 ਜਾਂ 20 ਕਿਲੋਮੀਟਰ ਹੋਏਗਾ ਟੂਵਰਡਸ ਮੈਕਲੋਡਗੰਜ ਜਾਣ ਲਈ, ਨੂਰਪੁਰ। ਹੁਣ ਇਹ ਜਹਾਂਗੀਰ ਦੀ ਬੇਗਮ ਨੂਰ ਜਹਾਂ ਦੇ ਨਾਂ 'ਤੇ ਆ, ਔਰ ਇਹ ਇੱਕ ਕਹਾਣੀ ਹੈ। ਉਹ ਹੁਣ ਤਾਂ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਵੀ ਤੁਸੀਂ ਇੱਥੇ ਜਾਂ ਪੰਜਾਬ 'ਚ ਗਿੱਲੜ ਦੀ ਬਿਮਾਰੀ ਨਹੀਂ ਦੇਖਦੇ। ਗਿੱਲੜ ਹੁੰਦਾ ਸੀ ਕਿ ਜਿਹੜਾ ਗੋਇਟਰ ਹੈ ਗਲਾ ਥੱਲੇ ਨੂੰ ਲਮਕਦਾ ਹੁੰਦਾ ਸੀ, ਕਿਉਂਕਿ ਜਦੋਂ ਦਾ ਸਮੁੰਦਰੀ ਨਮਕ ਆਇਆ, ਜਿਹੜਾ ਸੀ ਸਾਲਟ ਹੈ ਇਹਦੇ 'ਚ ਆਇਓਡੀਨ ਹੁੰਦੀ ਹੈ, ਅਤੇ ਇਹ ਜਿਹੜਾ ਇਹ ਸਾਰੀ ਕਾਂਗੜਾ ਵੈਲੀ ਸੀ ਜਾਂ ਈਵਨ ਹੁਸ਼ਿਆਰਪੁਰ ਦੇ ਵੀ ਕੁਛ ਏਰੀਏ ਸੀ ਉਨੇ ਤੱਕ, ਇੱਥੋਂ ਦੇ ਪਾਣੀ 'ਚ ਆਇਓਡੀਨ ਦੀ ਕਮੀ ਸੀ, ਅਤੇ ਆਇਓਡੀਨ ਦੀ ਕਮੀ ਕਰਕੇ ਗੋਇਟਰ ਕਹਿੰਦੇ ਨੇ ਉਹਨੂੰ ਮੈਡੀਕਲੀ, ਉਹ ਗੋਇਟਰ ਹੁੰਦਾ ਸੀ, ਥੱਲੇ ਜਿਹੜਾ ਗਲਾ ਉਹ ਪੂਰਾ ਥੱਲੇ ਲਮਕਿਆ ਹੁੰਦਾ ਸੀ। ਅਤੇ ਇੱਥੇ ਕਾਫੀ ਲੋਕ ਸੀ, ਪਰ ਹੈ ਬੜਾ ਖੂਬਸੂਰਤ ਨੂਰਪੁਰ। ਕਿਸੇ ਵੇਲੇ ਸੰਤਰਿਆਂ ਦੇ ਬਾਗ, ਮੈਂ ਤਾਂ ਕਈ ਕਈ ਮੀਲ ਅੰਦਰ ਤੱਕ ਜਾ ਕੇ ਦੇਖਿਆ ਹੋਇਆ, ਪਰ ਬੜੇ ਮਿੱਠੇ ਸੰਤਰੇ, ਛੋਟੇ ਛੋਟੇ ਸੰਤਰੇ, ਬੱਸਾਂ 'ਚ ਵੀ ਜਦੋਂ ਤੁਹਾਡੀ ਬੱਸ ਰੁਕਦੀ ਸੀ ਉਹੀ ਲੋਕਲ ਵੇਚਦੇ ਸੀ। ਹੁਣ ਉਹ ਜਦੋਂ ਜਹਾਂਗੀਰ ਆਇਆ ਅਤੇ ਨੂਰ ਜਹਾਂ ਨੂੰ ਇਹ ਇਲਾਕਾ ਬੜਾ, ਸ਼ਹਿਰ ਨਹੀਂ ਸੀ, ਉਹਨੂੰ ਇਲਾਕਾ ਬਹੁਤ ਪਸੰਦ ਆਇਆ, ਅਤੇ ਉਹਨੂੰ ਇਹ ਲੱਗਿਆ ਕਿ ਵੀ ਉਹ ਜਹਾਂਗੀਰ ਨੂੰ ਕਹਿੰਦੇ ਹੈ ਕਿ ਵੀ ਇੱਥੇ ਹੀ ਬਣਾ ਦਿਉ, ਵੀ ਜਿਹੜਾ ਹੈ ਨਾ ਰਾਜਧਾਨੀ ਇੱਥੇ ਬਣਾ ਦਿਉ। ਹੁਣ ਜਹਾਂਗੀਰ ਨੂੰ ਉਹ ਪਸੰਦ, ਜਹਾਂਗੀਰ ਨੂੰ ਲਾਹੌਰ ਬੜਾ ਚੰਗਾ ਲੱਗਦਾ ਸੀ, ਔਰ ਜਾਂ ਕਸ਼ਮੀਰ ਦੇ ਵਿੱਚ ਸ਼ਾਲੀਮਾਰ ਔਰ ਦੂਸਰਾ, ਉਹਨੇ ਆਪਣੇ ਵਜ਼ੀਰ ਨੂੰ ਸੱਦਿਆ ਜਹਾਂਗੀਰ ਨੂੰ। ਹੁਣ ਨੂਰ ਜਹਾਂ, ਕਿਉਂਕਿ ਨੂਰ ਜਹਾਂ ਦੇ ਨਾਂ ਦਾ ਸਿੱਕਾ ਵੀ ਚੱਲਦਾ ਸੀ, ਉਹ ਪਹਿਲੀਆਂ ਰਜੀਆ ਬੇਗਮ ਤੋਂ ਬਾਅਦ ਪਹਿਲੀ ਰਾਣੀ ਸੀ ਜਿਹਦੇ ਨਾਂ ਦਾ ਸਿੱਕਾ ਔਰ ਡਾਇਰੈਕਟ ਆਰਡਰ ਫਰਮਾਨ ਵੀ ਚੱਲਦੇ ਸੀ। ਜਹਾਂਗੀਰ ਉਹਨੂੰ ਅਦੂਲਦਾ ਨਹੀਂ ਸੀ,
ਉਹਨਾਂ ਨੂੰ ਕਿਹਾ ਕਿ ਵੀ ਵਜ਼ੀਰ ਨੂੰ ਕਿਹਾ ਕਿ ਵੀ ਇਹ ਤਾਂ ਹੁਣ ਜ਼ਿੱਦ ਹੈ ਵੀ ਇੱਥੇ ਰਾਜਧਾਨੀ ਬਣਾਓ ਤੇ ਇਹਦਾ ਕੀ ਕਰਨਾ ਹੈ। ਉਹਨੇ ਕਿਹਾ ਜੀ ਮੈਨੂੰ ਇੱਕ ਅੱਧਾ ਦਿਨ ਸੋਚਣ ਦਾ ਦਿਓ ਟਾਈਮ। ਉਹਨੇ ਕਿਹਾ ਜੀ ਕੋਈ ਗੱਲ ਨਹੀਂ। ਹਫ਼ਤੇ ਕੁ ਬਾਅਦ ਉਹਨੇ ਵਜ਼ੀਰ ਨੇ ਜਿਹੜੇ ਲੋਕਲ ਸੂਬੇਦਾਰ ਵਗੈਰਾ ਸੀ ਉਹਨੇ ਕਿਹਾ ਜੀ ਇਲਾਕੇ ਦੇ ਜਿੰਨੇ ਇਹ ਗਿੱਲੜ ਵਾਲੇ ਬੰਦੇ ਨੇ ਗਲੇ ਲਮਕਦੇ ਉਹ ਸਾਰੇ ਲਿਆ ਕੇ ਪਰੇਡ ਕਰਾਓ। ਅੱਛਾ ਨੂਰਜਹਾਂ ਨਿਕਲੀ ਆਪਣੀ ਜਿਵੇਂ ਉਹ ਡੋਲੀ ਦੇ ਪਾਲਕੀਆਂ ਦੇ ਵਿੱਚ ਰਾਣੀਆਂ ਸੀ, ਉਹ ਜਿੱਧਰ ਦੇਖੇ ਗਲਾ ਲਮਕਦਾ, ਜਿੱਧਰ ਦੇਖੇ ਗਲਾ ਲਮਕਦਾ। ਉਹ ਪੁੱਛਦੀ ਵੀ ਇਹ ਕੀ? ਕਹਿੰਦੇ ਜੀ ਇੱਥੋਂ ਦੇ ਪਾਣੀ 'ਚ ਖਰਾਬੀ ਹੈ, ਜਿਹੜਾ ਇੱਥੇ ਜ਼ਿਆਦਾ ਦੇਰ ਆ ਜਾਂਦਾ ਉਹ ਤਾਂ ਇਹ ਹੋ ਜਾਂਦਾ। ਉਹਨੇ ਫਿਰ ਰਾਤ ਨਹੀਂ ਕੱਢੀ ਉੱਥੇ, ਉਹਨੇ ਕਿਹਾ ਵੀ ਇੱਥੋਂ ਚਲੋ ਇਸ ਤੋਂ ਪਹਿਲਾਂ ਕਿ ਮੈਨੂੰ ਤੇ ਮੇਰੇ ਮੀਆਂ ਨੂੰ ਵੀ ਇਹ ਹੋਇਆ ਹੋਵੇ। ਸੋ ਇਸ ਸੋ ਜ਼ਾਹਰ ਹੈ ਕਿ ਵੀ ਜਿਹੜੀ ਉਹਦਾ ਵਿਕਾਸ ਜਾਂ ਬਿਗਨਿੰਗ ਹੋਈ ਉਹਦੇ 'ਚ ਨੂਰਜਹਾਂ ਦਾ ਰੋਲ ਹੈ। ਇੱਕ ਹਿਸਟਰੀ ਹੈ, ਤੁਸੀਂ ਹਿਸਟਰੀ ਵਾਈਪ ਆਊਟ ਨਹੀਂ ਕਰ ਸਕਦੇ। ਹੁਣ ਇਹਨਾਂ ਨੂੰ ਇਹ ਤਕਲੀਫ ਹੈ, ਇਹ ਕਹਿੰਦੇ ਨੇ ਜੀ ਕਿ ਬਈ ਇਟ ਹੈਜ਼ ਆਲਸੋ ਬੀਨ ਡਿਮਾਂਡਿੰਗ ਡਲਹੌਜ਼ੀ ਬੀ ਰੀਨੇਮਡ ਆਫਟਰ ਫੇਮਸ ਰੈਵੋਲੂਸ਼ਨਰੀ ਲੀਡਰ ਸੁਭਾਸ਼ਚੰਦਰ ਬੋਸ ਐਂਡ ਨੂਰਪੁਰ ਟਾਊਨ ਸ਼ੁੱਡ ਬੀ ਨੇਮਡ ਆਫਟਰ 1857 ਵਾਰ ਆਫ ਇੰਡੀਪੈਂਡੈਂਸ ਵਾਰੀਅਰ ਰਾਮ ਸਿੰਘ ਪਠਾਣੀਆ ਇਨਸਟੈਡ ਆਫ ਮੁਗਲ ਐਮਪ੍ਰੈਸ ਨੂਰਜਹਾਂ। ਹੁਣ ਕਿਆ ਹੁਣ ਕੀ ਤੁਸੀਂ ਇਹਨਾਂ ਨੂੰ? ਪਰ ਇੱਕ ਗੱਲ ਦੀ ਦਾਤ ਦੇਣੀ ਬਣਦੀ ਹੈ ਕਿ ਹਿੰਦੂਤਵਾਦ ਦੀ ਜਿਹੜੀ ਵਿਚਾਰਧਾਰਾ ਵਾਲੇ ਨੇ ਉਹ ਬੜੀ ਚੰਗੀ ਤਰ੍ਹਾਂ ਸਮਝਦੇ ਨੇ ਕਿ ਵੀ ਉਹ ਕਿਸ ਡਾਇਰੈਕਸ਼ਨ ਦੇ ਵਿੱਚ ਲੀਡ ਕਰ ਰਹੇ ਨੇ ਹਰ ਓਕੇਜ਼ਨ। ਹੁਣ ਦੋ ਦਿਨ ਪਹਿਲਾਂ ਸੁਭਾਸ਼ ਚੰਦਰ ਬੋਸ ਦਾ ਜ਼ਿਕਰ ਚੱਲ ਰਿਹਾ ਆਜ਼ਾਦ ਹਿੰਦ ਫੌਜ, ਹਾਲਾਂ ਆਜ਼ਾਦ ਹਿੰਦ ਫੌਜ ਜਨਰਲ ਮੋਹਨ ਸਿੰਘ ਨੇ ਬਣਾਈ, ਬਾਅਦ 'ਚ ਉਹਨੂੰ ਸੁਭਾਸ਼ ਚੰਦਰ ਬੋਸ ਨੂੰ ਹੈਂਡਓਵਰ ਕੀਤਾ। ਪਰ ਤੁਸੀਂ ਜਿੰਨੀਆਂ ਡਿਬੇਟਸ ਹੁਣ ਉਹਦੀ ਜਿਹੜੀ ਹੈ 70 ਸਾਲਾ ਐਨੀਵਰਸਰੀ ਮਨਾਈ ਜਾ ਰਹੀ ਹੈ, 75 ਸਾਲ ਆ ਜਦੋਂ ਕਿ ਆਜ਼ਾਦ ਹਿੰਦ ਫੌਜ ਦੀ ਗਵਰਨਮੈਂਟ ਇਨ ਐਗਜ਼ਾਈਲ ਸੁਭਾਸ਼ ਚੰਦਰ ਬੋਸ ਨੇ ਡਿਕਲੇਅਰ ਕੀਤੀ ਸੀ। ਔਰ ਇਹ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਵੀ ਇਹ ਜਿਹੜੀ ਡਿਕਲੇਅਰਡ ਸੀ ਉਹਨਾਂ ਦੀ, ਉਹਨੂੰ ਉਸ ਵੇਲੇ 9 ਮੁਲਕਾਂ ਨੇ ਜਿਹੜੇ ਕੋਰੀਆ ਔਰ ਵੀਤਨਾਮ ਜਪਾਨ ਔਰ ਫਿਲੀਪੀਨਸ ਇਸ ਜਿਹੜੇ ਜਪਾਨੀ ਪ੍ਰਭਾਵ ਥੱਲੇ ਸੀ ਉਹਨਾਂ ਨੇ ਮਾਨਤਾ ਵੀ ਦੇ ਦਿੱਤੀ ਸੀ। ਔਰ ਇਹ ਹੁਣ 75ਵੀਂ ਐਨੀਵਰਸਰੀ ਉਹਦੀ ਮਨਾ ਰਹੇ ਨੇ, ਉਹਦੇ 'ਚ ਕਿਤੇ ਮੋਹਨ ਸਿੰਘ ਦਾ ਨਾਂ ਨਹੀਂ, ਕਿਤੇ ਸਿੱਖਾਂ ਦੇ ਰੋਲ ਦੀ ਗੱਲ ਨਹੀਂ। ਹਾਲਾਂ 42,000 ਸੋਲਜਰ ਜਿਹੜੇ ਆਜ਼ਾਦ ਹਿੰਦ ਫੌਜ ਦੇ ਵਿੱਚ ਸਨ ਉਹਨਾਂ 'ਚੋਂ 32,000 ਸਿੱਖ ਸੀ, ਔਰ ਉਹਨਾਂ 'ਚੋਂ ਬਹੁਤੇ ਉਹੀ ਜਿਹੜੇ ਪ੍ਰਿਜ਼ਨਰ ਆਫ ਵਾਰ ਜਪਾਨੀਆਂ ਨੇ ਬਣਾਏ ਸੀ ਸਿੰਗਾਪੁਰ 'ਚੋਂ। ਚਲੋ ਉਹ ਇੱਕ ਵੱਖਰਾ ਚੈਪਟਰ ਹੈ, ਉਹਨਾਂ ਦੇ ਇਤਿਹਾਸ 'ਚੋਂ ਸਿੱਖਾਂ ਦੀ ਕੰਟਰੀਬਿਊਸ਼ਨ ਗਾਇਬ ਕਰ ਦਿੱਤੀ। ਪਰ ਇਸ ਮੌਕੇ ਦੇ ਉੱਤੇ ਵੀ ਮੋਦੀ ਜਿਹੜਾ ਉਹ INA ਦੀ ਇੰਡੀਅਨ ਨੈਸ਼ਨਲ ਆਰਮੀ ਦੀ ਟੋਪੀ ਪਾ ਕੇ ਜਿਹੜਾ ਉਹ ਸਲੂਟ ਕਰ ਰਿਹਾ, ਔਰ ਬੁੱਢੇ ਇੱਕ ਦੋ ਇਕੱਠੇ ਕੀਤੇ ਨੇ INA ਦੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੂੰ ਨਾਲ ਪਿੱਛੇ ਉਹ ਵਿਚਾਰੇ ਇੱਕ ਉਸ ਵਿਸਾਖੀਆਂ ਦੇ ਸਹਾਰੇ ਖੜ੍ਹੇ, ਔਰ ਉੱਥੇ ਉਹ ਬਿਆਨ ਦੇ ਰਿਹਾ ਵੀ ਵਿਲ ਹਿੱਟ ਬੈਕ ਵਿਦ ਡਬਲ ਫੋਰਸ ਇਫ ਇੰਡੀਆਜ਼ ਸੋਵਰਨਿਟੀ ਇਜ਼ ਚੈਲੇਂਜਡ। ਜੇ ਭਾਰਤ ਦੀ ਪ੍ਰਭੂ ਸੱਤਾ ਨੂੰ ਸੋਵਰਟੀ ਨੂੰ ਚੈਲੇਂਜ ਹੋਇਆ ਤਾਂ ਅਸੀਂ ਦੁੱਗਣਾ ਵਾ। ਕਿਹੜਾ ਸੋਵਰਨਿਟੀ? ਤੁਸੀਂ ਜੀਣਾ ਹਰਾਮ ਕੀਤਾ ਹੋਇਆ ਪਾਕਿਸਤਾਨ 'ਚ, ਤੁਸੀਂ ਕੀ ਕਰ ਰਹੇ ਹੋ ਬਾਰਡਰ ਦੇ ਉੱਤੇ, ਬੰਗਲਾਦੇਸ਼ ਦੇ ਵਿੱਚ ਤੁਸੀਂ ਕੀ ਕੀਤਾ, ਕਿਵੇਂ ਤੋੜਿਆ ਉਸ ਮੁਲਕ ਨੂੰ। ਆ ਸ਼੍ਰੀਲੰਕਾ ਦੇ ਪ੍ਰੈਜ਼ੀਡੈਂਟ ਨੇ ਅਜੇ 4 ਦਿਨ ਪਹਿਲਾਂ ਹੀ ਕਿਹਾ ਵੀ ਰਾਹ ਇੰਡੀਅਨ ਜਿਹੜੀ ਹੈ ਇੰਟੈਲੀਜੈਂਸ ਏਜੰਸੀ ਮੇਰੇ ਮਰਡਰ ਦੀ ਪਲੈਨਿੰਗ ਕਰ ਰਹੀ ਹੈ। ਨੇਪਾਲ ਦੇ ਵਿੱਚ ਤੁਸੀਂ ਐਸੀ ਇੰਟਰਫੇਰੈਂਸ ਕੀਤੀ ਕਿ ਨੇਪਾਲ ਨੇ ਤੁਹਾਨੂੰ ਕੱਢ ਕੇ ਬਾਹਰ ਮਾਰਿਆ, ਉਹ ਚੀਨ ਦੀ ਕੱਚ ਜਾ ਵੜੇ ਨੇ, ਔਰ ਤੁਸੀਂ ਕਹਿ ਰਹੇ ਹੋ ਜੀ ਅਸੀਂ ਡਬਲ ਫੋਰਸ ਦੇ ਨਾਲ ਕਰਾਂਗੇ। ਪਰ ਈਵਨ ਸੁਭਾਸ਼ ਚੰਦਰ ਬੋਸ ਦਾ, ਜਦੋਂ ਕਿ ਸੁਭਾਸ਼ ਚੰਦਰ ਬੋਸ ਆਜ਼ਾਦ ਹਿੰਦ ਫੌਜ ਬਣਾ ਕੇ ਆਜ਼ਾਦੀ ਦੇ ਲਈ ਜਿਹੜਾ ਜਪਾਨੀਆਂ ਦੇ ਨਾਲ ਜਰਮਨ ਦੇ ਨਾਲ ਰਲ ਕੇ ਲੜ ਰਿਹਾ ਸੀ, ਉਦੋਂ RSS ਦਾ ਜਿਹੜਾ ਉਹ ਬ੍ਰਿਟਿਸ਼ ਗਵਰਨਮੈਂਟ ਦੀ ਹਮਾਇਤ ਕਰ ਰਿਹਾ ਸੀ, ਸਿੱਖ ਆਜ਼ਾਦ ਫੌਜ ਦੇ ਨਾਲ ਖੜ੍ਹੇ ਸੀ। ਇੱਧਰ ਵੀ ਸਿੱਖ ਸਨ ਫੌਜ ਬ੍ਰਿਟਿਸ਼ ਆਰਮੀ 'ਚ, ਸੈਕਿੰਡ ਵਰਲਡ ਵਾਰ ਪੰਜਾਬ ਦੇ ਮੁਸਲਮਾਨ ਔਰ ਸਿੱਖਾਂ ਨੇ ਜੁਆਇਨ ਕੀਤਾ।
ਪਰ ਤੁਹਾਡਾ ਸੁਭਾਸ਼ ਚੰਦਰ ਬੋਸ ਆਈ ਐਨ ਏ ਨਾਲ ਕੀ ਲਾਗਾ ਦੇਖਿਆ? ਤੁਸੀਂ ਤਾਂ ਅੰਗਰੇਜ਼ਾਂ ਦੇ ਕੁੱਤੇ ਬਣੇ ਹੋਏ ਸੀ ਉਦੋਂ, ਤੁਸੀਂ ਤਾਂ ਧੜਾ ਧੜ ਜਿਹੜਾ ਉਹ ਕਰ ਰਹੇ ਸੀ ਕਿ ਬਈ ਅੰਗਰੇਜ਼ਾਂ ਦੀ ਮਦਦ ਕਰੋ। ਪਰ ਇਹ ਹਿੰਦੂ ਤਵੀਆਂ ਤੋਂ ਸਿੱਖਣ ਦੀ ਲੋੜ ਹੈ ਕਿ ਕਿਵੇਂ ਵਰਸਟ ਸਿਚੁਏਸ਼ਨ ਨੂੰ, ਉਹ ਠੀਕ ਕਿਹਾ ਸੀ ਕਿਸੇ ਨੇ ਕਿ ਮੂੰਹ ਮੇ ਰਾਮ ਰਾਮ ਦਿਲ ਮੇ ਨੱਥੂ ਰਾਮ, ਵੀ ਤੁਸੀਂ ਜਿਹੜਾ ਰਾਮ ਰਾਮ ਕਹਿੰਦੇ ਆ, ਮਰਿਆ ਗਾਂਧੀ ਕਹਿੰਦੇ ਜੀ ਮਰਨ ਤੋਂ ਪਹਿਲਾਂ ਉਹਨੇ ਕਿਹਾ ਹੇ ਰਾਮ, ਉਹਨੂੰ ਵੀ ਤੁਸੀਂ ਆਪਣਾ ਲੈ ਕੇ ਵੇਚ ਰਹੇ ਹੋ, ਅਤੇ ਜਿਹਨੇ ਉਹਨੂੰ ਮਾਰਿਆ ਨੱਥੂ ਰਾਮ ਉਹਦਾ ਵੀ ਤੁਸੀਂ ਉਹ ਰੱਖੇ ਹੋਏ ਨੇ, ਉਹਦੀ ਸਵਾਹ ਰੱਖੀ ਹੈ ਕਿ ਜੀ ਉਹਨੂੰ ਜਦੋਂ ਅਖੰਡ ਭਾਰਤ ਬਣ ਗਿਆ ਸੀ ਉਦੋਂ ਜਲ ਪ੍ਰਵਾਹ ਕਰਨੀ ਹੈ ਕਿਉਂਕਿ ਨੱਥੂ ਰਾਮ ਦੀ ਵਿਸ਼ ਸੀ। ਸੋ ਸਾਡਾ ਇਹਨਾਂ ਦੇ ਨਾਲ ਵਾਹ ਹੈ, ਔਰ ਜੇ ਇਹ ਤੌਰ ਤਰੀਕੇ ਨਹੀਂ ਸਮਝਾਂਗੇ ਤੇ ਫਿਰ ਜਿਹੜਾ ਹਾਲ ਮੈਂ ਸਮਝਦਾ ਵੀ ਜਿਹੜੇ ਸਮੇਂ ਦੇ ਹਾਣੀ ਨਹੀਂ ਹੁੰਦੇ, ਜੋ ਉਹਨਾਂ ਦਾ ਹੁੰਦਾ ਉਹ ਸਾਡਾ ਵੀ ਹੋਏਗਾ। ਇਸ 'ਚ ਕੋਈ ਕੁਦਰਤ ਜਾਂ ਰੱਬ ਕੋਈ ਰਿਆਇਤ ਨਹੀਂ ਕਰਦਾ, ਤੁਹਾਨੂੰ ਖਲੋਣਾ ਪੈਂਦਾ, ਬਣਨਾ ਪੈਂਦਾ ਉਸ ਦੇ ਸਾਹਮਣੇ। ਠੀਕ ਹੈ ਜਦੋਂ ਅਸੀਂ ਮਜ਼ਹਬ 'ਚ ਯਕੀਨ ਰੱਖਦੇ ਹਾਂ, ਅਸੀਂ ਸਮਝਦੇ ਹਾਂ ਵੀ ਸ਼ਹੀਦ ਦਾ ਖੂਨ ਔਰ ਪੈਨ ਦੀ ਸਿਆਹੀ ਨਾਲ ਲਿਖਿਆ ਜੋ ਹੈ ਉਹ ਵਿਰਥਾ ਨਹੀਂ ਜਾਂਦਾ, ਪਰ ਉਹ ਉਦੋਂ ਹੀ ਹੁੰਦਾ ਜਦੋਂ ਕੌਮਾਂ ਖਲੋਂਦੀਆਂ ਨੇ ਕਿ ਅਸੀਂ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ। ਜਦੋਂ ਕੌਮਾਂ ਖਲੋਂਦੀਆਂ ਨੇ, ਜਦੋਂ ਕਿ ਲਿਖੇ ਹੋਏ ਹਰਫ ਜਿਹੜੇ ਨੇ ਉਹ ਪੜ੍ਹਦੀਆਂ ਨੇ ਕਿ ਭਾਈ ਨਹੀਂ, ਸਾਡੇ ਜਿਹੜੇ ਹਰਫ ਨੇ, ਸਾਡੀ ਬਾਣੀ ਹੈ ਉਹ ਸਾਨੂੰ ਸਿਖਾਉਂਦੀ ਹੈ ਕਿ ਭਾਈ ਅਸੀਂ ਗੁਲਾਮੀ ਨਹੀਂ ਕਬੂਲਣੀ ਹੈ। ਸਾਡੀ ਬਾਣੀ ਸਾਨੂੰ ਸਿਖਾਉਂਦੀ ਹੈ ਕਿ ਬਲ ਹੋਆ ਬੰਧਨ ਛੁੱਟੈ, ਸਭ ਕੁਛ ਹੋਤ ਉਪਾਏ, ਨਾਨਕ ਸਭ ਕੁਛ ਤੁਮਰੇ ਹੱਥ ਮੈਂ ਤੁਮ ਹੀ ਹੋਤ ਸਹਾਇਕ। ਜੇ ਤਾਕਤ ਹੋਏਗੀ, ਤੁਹਾਡੇ ਜਿਹੜੇ ਬੰਧਨ ਨੇ, ਜਿਹੜੇ ਤੁਹਾਡੀਆਂ ਬੌਂਡੇਜਿਸ ਨੇ ਉਹ ਟੁੱਟਣਗੀਆਂ, ਅਤੇ ਉਹਦੇ 'ਚੋਂ ਹੀ ਤੁਹਾਡਾ ਨਿਤਾਰਾ ਹੋਣਾ। ਜੇ ਇਹ ਗੱਲ ਨਹੀਂ ਸਮਝ ਆਉਂਦੀ ਤਾਂ ਫਿਰ ਜਿਹੜੀ ਹੈ ਉਹ ਜਿਵੇਂ ਇਕਬਾਲ ਨੇ ਕਿਹਾ ਸੀ ਕਿ ਨਾ ਸਮਝੋਗੇ ਤੋ ਮਿੱਟ ਜਾਓਗੇ, ਐ ਹਿੰਦੁਸਤਾਨ ਵਾਲੋ ਤੁਮਾਰੀ ਦਾਸਤਾਂ ਤੱਕ ਵੀ ਨਾ ਹੋਗੀ ਦਾਸਤਾਨੋਂ ਮੇਂ। ਫਿਰ ਉਹ ਕਿਸੇ ਭਾਵੇਂ ਕੰਟੈਕਸਟ ਉਹਨਾਂ ਦਾ ਡਿਫਰੈਂਟ ਸੀ, ਪਰ ਗੱਲ ਇਹੀ ਹੁੰਦੀ ਹੈ ਕਿ ਜੇ ਤੁਸੀਂ ਸਮੇਂ ਦੇ ਆਉਣ ਦੇ ਨਾ ਹੋਵੋ, ਉਸ ਹਕੀਕਤ ਨੂੰ ਨਾ ਸਮਝੋ, ਤਾਂ ਫਿਰ ਤੁਹਾਡੀ ਕਹਾਣੀ ਔਰ ਕਹਾਣੀ ਦਾ ਕੋਈ ਲੇਸ ਵੀ ਬਾਕੀ ਨਹੀਂ ਬਚਦਾ। ਜਿਹੜਾ ਦੁਸ਼ਮਣ ਟੇਕ ਓਵਰ ਕਰਦਾ ਉਹ ਫਿਰ ਤੁਹਾਡੀ ਫਿਜ਼ੀਕਲ, ਮੈਂਟਲ, ਸੋਸ਼ਲ, ਸਪਿਰਿਚੁਅਲ, ਕਲਚਰਲ ਸਭ ਕਿਸਮ ਦੀਆਂ ਬੌਂਡੇਜਿਸ ਤੁਹਾਡੇ ਦੁਆਲੇ ਬੰਨ ਦਿੰਦਾ, ਅਤੇ ਫਿਰ ਤੁਹਾਨੂੰ ਪਤਾ ਹੀ ਨਹੀਂ ਲੱਗਦਾ। ਜਿਵੇਂ ਕਿ ਉਹਨੇ ਮਿਲਾਨ ਕੁੰਦਰਾ ਨੇ ਕਿਹਾ ਸੀ ਕਿ ਫਿਰ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਵਟ ਵੀ ਵਰ ਐਂਡ ਵਟ ਵੀ ਆਰ, ਕਿ ਵੀ ਅਸੀਂ ਕੀ ਸੀ ਤੇ ਕੀ ਬਣਾ ਦਿੱਤੇ। ਜੀ ਡਾਕਟਰ ਸਾਹਿਬ, ਪਹਿਲੇ ਇਸ਼ੂ ਨੂੰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਔਰ ਰਹਿੰਦੇ ਇਸ਼ੂ ਅਸੀਂ ਬ੍ਰੇਕ ਤੋਂ ਬਾਅਦ ਲਵਾਂਗੇ। ਇੱਥੇ ਲੈਣੇ ਆਪਣੇ ਇੱਕ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਅਤੇ ਸਰੋਤਿਆਂ ਨੂੰ ਅਪੀਲ ਅਤੇ ਬੇਨਤੀ ਕਰਦੀ ਹੈ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ, TV84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਮਾਈਕ ਸਹਾਇਤਾ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ 'ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ 'ਤੇ 36-01-37 ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ 'ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।